ਨਵਈ ਗੁਰੂ ਸਾਹਿਬ ਜੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰੂ ਬਾਣੀ ਕਹੈ ਸਿਬਕ ਜਨਮਾਨੈ ਪ੍ਰਤਖ ਗੁਰੂ ਨਿਸਤਾਰੇ ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਬਰਨ ਨਾ ਸਾਕਾਂ ਤੂੰ ਠਾਕੁਰ ਊਚ ਭਗਵਾਨਾ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਮਾਰੂ ਮਹਲਾ ਪਹਿਲਾ ਘਰ ਪਹਿਲਾ ਕਰਨੀ ਕਾਗਦ ਮਨ ਮਸਵਾਣੀ ਬੁਰਾ ਭਲਾ ਦੋਇ ਲਿਖ ਪਈ ਜਿਉਂ ਜਿਉਂ ਕਿਰਤ ਚਲਾਏ ਤਿਉਂ ਚੱਲੀ ਆਏ ਤਉ ਗੁਣ ਨਾਹੀ ਅੰਤਹਰੇ ਚਿਤ ਚੇਤਸ ਕੀ ਨਹੀਂ ਬਾਵਰਿਆ ਹਰ ਬਿਸਰਤ ਤੇਰੇ ਗੁਣ ਗਲਿਆ ਚਿਤ ਚਿਤਸ ਕੀ ਨਹੀਂ ਬਾਵਰਿਆ ਹਰ ਬਿਸਰਤ ਤੇਰੇ ਗੁਣ ਗਲਿਆ ਰਹਾ ਜਾਲ ਹੀ ਰਹਿਣ ਜਲ ਦਿਨ ਹੁਆ ਜੇ ਤੀ ਖੜੀ ਫਾਹਿ ਤੇ ਤੀ ਰਸ ਰਸ ਚੋਗ ਚੁਗੈ ਨਿਤ ਫਾਸੈ ਛੂਟ ਸਮੂੜੇ ਕਮਣ ਗੁਣੀ ਕਾਇਆ ਆਰਣ ਮਨ ਵਿੱਚ ਲੋਹਾ ਪੰਜ ਅਗਨ ਤਿਤ ਲਗ ਰਹੀ ਕੋਈਲੇ ਪਾਪ ਪੜੇ ਤਿਸ ਉਪਰ ਮਨ ਜਲਿਆ ਸੰਨੀ ਚਿੰਤ ਭਈ ਭਇਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੈ ਤਨੇਹਾ ਏਕ ਨਾਮ ਅੰਮ੍ਰਿਤ ਉਹ ਦੇਵੇ ਤਉ ਨਾਨਕ ਤ੍ਰਿஷ்ட ਸੁਦੇਹਾ ਭਇਆ ਮਨੂਰ ਕੰਚਨ ਫਿਰ ਹੋਵੇ ਜੀ ਗੁਰ ਮਿਲੈ ਤਨੇਹਾ ਏਕ ਨਾਮ ਅੰਮ੍ਰਿਤ ਓ ਦੇਵੇ ਤਉ ਨਾਨਕ ਤ੍ਰਿஷ்ட ਸੁਦੇਹਾ ਪਰਮ ਸਨਮਾਨ ਯੋਗ ਤਨ ਤਨ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਸ਼ਾਮਾਂ ਵੇਲੇ ਦੇ ਗੁਰਮਤਿ ਸਮਾਗਮ ਦੀ ਹਾਜ਼ਰੀ ਪਰ ਰਹੀ ਗੁਰੂ ਪਿਆਰੀ ਸਾਧ ਸੰਗਤ ਜੀਓ ਸੋਦਰ ਰਹਿਰਾਸ ਪਾਵਨ ਬਾਣੀ ਦੇ ਪਾਠ ਤੋਂ ਪਰੰਤ ਸਤਕਾਰਯੋਗ ਭਾਈ ਸਾਹਿਬ ਹੋਣਾ ਦੇ ਜਥੇ ਪਾਸੋਂ ਆਪਾਂ ਸਾਰਿਆਂ ਨੇ ਸਤਿਗੁਰੂ ਦੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਬਹੁਤ ਪਿਆਰ ਨਾਲ ਟਿਕਾ ਵਿੱਚ ਬੈਠ ਕੇ ਸਰਵਣ ਕੀਤਾ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ। ਤਿਨ੍ਹਾਂ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਜਿਸ ਦਾ ਆਪਾਂ ਸਾਰਿਆਂ ਨੇ ਪਾਠ ਸਰਵਣ ਕੀਤਾ ਹੈ ਜਿਸ ਦੀ ਆਪਾਂ ਵਿਚਾਰ ਸਾਂਝੀ ਕਰਨੀ ਹੈ। ਇਹ ਪਾਵਨ ਸ਼ਬਦ ਰਾਗ ਮਾਰੂ ਦੇ ਵਿੱਚ ਘਰ ਪਹਿਲੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 990 ਦੇ ਉੱਪਰ ਸੁਭਾਈ ਮਨ ਹੈ। ਗੁਰਦੇਵ ਜੀ ਦੇ ਅਮੋਲਕ ਵਚਨ ਵਿਚਾਰਨ ਤੋਂ ਪਹਿਲਾਂ ਸਾਰੀ ਸੰਗਤ ਜਿਤਨੇ ਵੀ ਗੁਰੂ ਦਰਬਾਰ ਵਿੱਚ ਬੈਠ ਕੇ ਸਰਵਣ ਕਰ ਰਹੇ ਹੋ ਚਾਹੇ ਲਾਈਵ ਆਪਣੇ ਘਰਾਂ ਵਿੱਚ ਬੈਠ ਕੇ ਇਸ ਸਮਗਮ ਦਾ ਆਨੰਦ ਪ੍ਰਾਪਤ ਕਰ ਰਹੇ ਹੋ ਪਾਈਏ ਫਤਿਹ ਦੀ ਸਾਂਝ ਬੜੇ ਅਦਬ ਨਾਲ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜਿਨ੍ਹਾਂ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਆਪਾਂ ਸਾਰਿਆਂ ਨੇ ਸਰਵਣ ਕੀਤਾ ਹੈ ਗੁਰਦੇਵ ਜੀ ਇਸ ਪਾਵਨ ਸ਼ਬਦ ਰਾਹੀਂ ਮਨੁੱਖ ਨੂੰ ਜ਼ਿੰਦਗੀ ਜਿਉਣ ਦੀ ਪ੍ਰੇਰਣਾ ਦਿੰਦੇ ਨੇ ਤੇ ਸਮਝਾਉਂਦੇ ਨੇ ਕਿ हे ਮਨੁੱਖ ਤੂੰ ਸੁਮਾਲਕ ਦੀ ਯਾਦ ਨੂੰ ਭੁਲਾ ਕੇ ਆਪਣੀ ਜ਼ਿੰਦਗੀ ਵਿੱਚ ਪਰੇਸ਼ਾਨੀਆਂ ਨੂੰ ਖੁਦ ਆਪ ਖੜਾ ਕੀਤਾ ਹੈ ਸ਼ਬਦਾਰ ਹੌਵਲਾ ਬੰਦੇ ਚਿਤ ਚੇਤਸ ਕੀ ਨਹੀਂ ਬਾਵਰਿਆ ਹਰ ਵਿਸਰਤ ਤੇਰੇ ਗੁਣ ਗਲ ਦੀ ਕਿਹੜੀ ਚੀਜ਼ ਹੈ ਜਿਹੜੀ ਚੀਜ਼ ਦੀ ਟਾਈਮ ਨਾਲ ਵਰਤੋਂ ਨਾ ਕੀਤੀ ਜਾਏ ਤੁਸੀਂ ਮਾਰਕੀਟ ਵਿੱਚੋਂ ਫਰੂਟ ਲੈ ਕੇ ਆਓ ਸਬਜ਼ੀ ਲੈ ਕੇ ਆਓ ਕੋਲਡ ਸਟੋਰ ਭਾਵੇਂ ਬਣੇ ਨੇ ਪਰ ਫਿਰ ਵੀ ਉਹਦਾ ਇੱਕ ਟਾਈਮ ਪੀਰੀਅਡ ਹੈ ਵੀ ਕਿੰਨੇ ਟਾਈਮ ਤੱਕ ਤੁਸੀਂ ਉਹਦੀ ਵਰਤੋਂ ਕਰਦੇ ਹੋ ਜੇ ਤੁਸੀਂ ਉਸ ਮਿਆਦ ਉਸ ਸਮੇਂ ਤੋਂ ਉਹਨੂੰ ਲਗਾ ਦਿੰਦੇ ਉਹਦੀ ਵਰਤੋਂ ਨਹੀਂ ਕਰਦੇ ਟਾਈਮ ਦੇ ਅੰਦਰ ਅੰਦਰ ਈਵਨ ਇਥੋਂ ਤੱਕ ਮੈਡੀਸਨ ਵੀ ਹੈ ਨਾ ਜਿਹੜੀ ਮਨੁੱਖ ਖਾਂਦਾ ਹੈ ਤੇ ਮਨੁੱਖ ਕਹਿੰਦਾ ਵੀ ਇਸ ਦਵਾਈ ਨੇ ਮੈਨੂੰ ਠੀਕ ਕਰਨਾ ਹੈ ਉਹਦੇ ਉੱਪਰ ਵੀ ਉਹਨਾਂ ਨੇ ਐਕਸਪਾਇਰੀ ਡੇਟ ਲਿਖੀ ਹੁੰਦੀ ਹੈ ਵੀ ਉਸ ਡੇਟ ਦੇ ਅੰਦਰ ਅੰਦਰ ਖਾਓਗੇ ਤੇ ਤੁਹਾਨੂੰ ਇਹ ਠੀਕ ਕਰੇਗੀ ਜੇ ਤੁਸੀਂ ਉਸ ਡੇਟ ਲੰਘਣ ਤੋਂ ਬਾਅਦ ਉਹਦੀ ਵਰਤੋਂ ਕਰੇਗੀ ਤੇ ਹੋ ਸਕਦਾ ਹੈ ਤੁਹਾਡੇ ਰੋਗ ਨੂੰ ਘਟਾਉਣ ਦੀ ਬਜਾਏ ਰੋਗ ਨੂੰ ਵਧਾਉਣ ਵਿੱਚ ਇਹੋ ਮੈਡੀਸਿਨ ਸ਼ਾਇਦ ਕੰਮ ਕਰ ਜਾਏ ਇਦਾਂ ਹੀ ਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਹੁਣ ਮੰਨ ਲਓ ਘਰ ਵਿੱਚ ਤੁਸੀਂ ਸਬਜੀ ਫਰੂਟ ਖਰੀਦ ਕੇ ਲਿਆਂਦਾ ਪਰ ਜੇ ਟਾਈਮ ਨਾਲ ਵਰਤੋਂ ਨਹੀਂ ਕੀਤੀ ਤੇ ਪਈ ਪਈ ਗਲ ਗਈ ਜਿਹੜੇ ਪਰਮੇਸ਼ਰ ਦੇ ਰੱਬੀ ਗੁਣ ਨੇ ਜਿਨ੍ਹਾਂ ਦੀ ਗੱਲ ਬਾਣੀ ਵਿੱਚ ਕੀਤੀ ਹੈ ਬਾਰ ਬਾਰ ਗੁਰੂ ਰਣਜੀਤ ਸਿੰਘ ਦੀ ਬਾਣੀ ਪੜ੍ਹੀਏ ਤੇ ਸਾਬ ਨੇ ਗੁਣਾਂ ਦੀ ਗੱਲ ਕੀਤੀ ਆਪਾਂ ਜਪਜੀ ਸਾਹਿਬ ਦਾ ਪਾਠ ਕਰਦੇ ਹਾਂ ਵਿਣ ਗੁਣ ਕੀਤੇ ਭਗਤ ਨਾ ਹੋਏ বারবার சதਗੁਰ ਪਾਤਸ਼ਾਹ ਜੀ ਨੇ ਗੁਣਾਂ ਦੀ ਗੱਲ ਕੀਤੀ ਤੇ ਗੁਣੇ ਕਿਦਾਂ ਦੀ ਚੀਜ਼ ਐ ਕੱਲੀ ਮਨੁੱਖ ਨਹੀਂ ਦੁਨੀਆ ਦੇ ਵਿੱਚ ਹਰ ਇੱਕ ਵਸਤੂ ਦੀ ਕਦਰ ਉਹਦੇ ਗੁਣ ਕਰਕੇ ਜੇ ਉਸ ਵਸਤੂ ਵਿੱਚ ਗੁਣ ਨਾ ਹੋਵੇ ਤੇ ਆਪਾਂ ਉਹਦੀ ਕਦਰ ਨਹੀਂ ਕਰਦੇ ਜਿਵੇਂ ਐਗਜ਼ੈਂਪਲ ਤੁਹਾਡੀ ਜੇਬ ਦੇ ਨਾਲ ਲੱਗਾ ਪੈਨ ਹੀ ਹੈ ਤੁਹਾਨੂੰ ਕੋਈ ਪੁੱਛੇ ਵੀ ਮੈਂ ਕੁਝ ਲਿਖਣਾ ਹੈ ਮੈਨੂੰ ਪੈਨ ਦੇ ਦਿਓ ਤੁਸੀਂ ਅੱਗੇ ਉਹ ਇਹ ਕਹਦੇ ਹੋ ਵੀ ਇਹ ਚੱਲਦਾ ਨਹੀਂ ਤਾਂ ਅਗਲੇ ਦਿਮਾਗ 'ਚ ਇਹ ਖਿਆਲ ਤੇ ਆਏਗਾ ਨਾ ਵੀ ਜੇ ਚੱਲਦਾ ਹੀ ਨਹੀਂ ਫਿਰ ਪੈਨ ਕਾਦਾ ਹੋਇਆ ਜਿਵੇਂ ਆਪਾਂ ਇੱਕ ਸ਼ਬਦ ਬੋਲਦੇ ਹਾਂ ਵੀ ਚਲਦੀ ਦਾ ਨਾਲ ਹੀ ਗੱਡੀ ਹੈ ਜੇ ਚਲਦੀ ਨਹੀਂ ਫਿਰ ਗੱਡੀ ਕਾਦੀ ਹੋਈ ਇਦਾਂ ਹੀ ਸਤਿਗੁਰ ਨੇ ਬਾਣੀ ਵਿੱਚ ਹੋਰ ਵੀ ਬੜੇ ਪਿਆਰੇ ਪੰਖ ਪੇਸ਼ ਕੀਤੇ ਨੇ ਜਿਵੇਂ ਦੁੱਧ ਬਿਨ ਧੇਨ ਪੰਖ ਬਿਨ ਪੰਖੀ ਇਹ ਸਾਰੇ ਗੁਣ ਨੇ ਜਲ ਬਿਨ ਉਤਪੁਜ ਕਾਮ ਨਾਹੀ ਕਿਆ ਸੁਲਤਾਨ ਸਲਾਮ ਵੀ ਹੋਣਾ ਪਾਸ਼ਾ ਜੀ ਕਹਿੰਦੇ ਅੰਧੀ ਕੋਠੀ ਤੇਰਾ ਨਾਮ ਨਾਹੀ ਇਦਾਂ ਹੀ ਇਸੇ ਪਾਸ਼ਾ ਸਮਝਾਉਂਦੇ ਨੇ ਚਿਤ 헤 ਮਾਨ ਚੇਤਸ ਕੀ ਨਹੀਂ ਤੂੰ ਚੇਤੇ ਕਿਉਂ ਨਹੀਂ ਕਰਦਾ ਹਰ ਵਿਸਰਤ ਤੇਰੇ ਗੁਣ ਗਲਿਆ ਤੈਨੂੰ ਮਾਲਕ ਭੁੱਲ ਗਿਆ ਤੇਰੇ ਗੁਣ ਗਲ ਗਏ ਤੂੰ ਦੀ ਯਾਦ ਨੂੰ ਆਪਣੀ ਜ਼ਿੰਦਗੀ ਵਿੱਚੋਂ ਵਿਸਾਰ ਦਿੱਤਾ ਤੇ ਤੇਰੀ ਜ਼ਿੰਦਗੀ ਵਿੱਚ ਆਪ ਹੀ ਪਰੇਸ਼ਾਨੀਆਂ ਆ ਗਈ ਜਿਵੇਂ ਇਸ ਮਨ ਕੋ ਜਨਮ ਜਨਮ ਕੀ ਮੜ ਲਾਗੀ ਕਾਲਾ ਹੋਆ ਸਿਆਹ ਤਨ ਨੂੰ ਸੁਖੀ ਕਰਨ ਵਾਸਤੇ ਮਨੁੱਖ ਨੇ ਬਹੁਤ ਕੁਝ ਕਥਾ ਕੀਤਾ ਇਸ ਦੇ ਸਮੇਂ ਵਿੱਚ ਮਟੀਰੀਅਲ ਮਨੁੱਖ ਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਇਕੱਠਾ ਕੀਤਾ ਹੈ ਚੰਗਾ ਕਰ ਬਣਾਉਂਦਾ ਹੈ ਪਦਾਰਥ ਨੇ ਬਹੁਤ ਮਨੁੱਖ ਦੇ ਕੋਲ ਪਰ ਸਾਰਾ ਕੁਝ ਹੋਣ ਤੋਂ ਬਾਅਦ ਵੀ ਕਿਤੇ ਨਾ ਕਿਤੇ ਤੁਸੀਂ ਚੁਗਿਰਦੇ ਧਿਆਨ ਮਾਰ ਕੇ ਵੇਖੋ ਮਨੁੱਖ ਦੀਆਂ ਬੇਚੈਨੀਆਂ ਮਨੁੱਖ ਦੀਆਂ ਪਰੇਸ਼ਾਨੀਆਂ ਕਿਉਂ ਵਧੀਆਂ ਨੇ ਕਿਤੇ ਮੂਹਰ ਨਾਲ ਉਹ ਟੁੱਟ ਗਿਆ ਧੁਰੇ ਨਾਲੋਂ ਟੁੱਟ ਗਿਆ ਸੱਚ ਨਾਲੋਂ ਇਹਦਾ ਲਿੰਕ ਟੁੱਟ ਗਿਆ ਆਪ ਆਸਾ ਕੀ ਵਾਰ ਦਾ ਪਾਠ ਕੀਰਤਨ ਸੁਣਦੇ ਆ ਪਾਤਸ਼ਾਹ ਜੀ ਕਹਿੰਦੇ ਸਤਗੁਰੂ ਵਿਟੋ ਵਾਰਿਆ ਜਿੱਤ ਮਿਲੇਆ ਖਸਮ ਸੰਭਾਲਿਆ ਮੈਂ ਆਪਣੇ ਸਤਗੁਰੂ ਤੋਂ ਕੁਰਬਾਨ ਜਾਂਨਾ ਹਾਂ ਜਿਹਨੂੰ ਜਿਸ ਨੂੰ ਮਿਲ ਕੇ ਮੈਂ ਆਪਣੇ ਖਸਮ ਦੀ ਸੰਭਾਲ ਕੀਤੀ ਸਤਿਗੁਰ ਬਿਟੂ ਵਾਰੇ ਆ ਜਿਤ ਮਿਲੇ ਖਸਮ ਸੰਭਾਲਿਆ ਜਿਨ ਕਾਰ ਉਪਦੇਸ਼ ਗਿਆਨ ਅੰਜਨ ਦੀਆ ਜਿਨੇ ਮੈਨੂੰ ਗਿਆਨ ਦਾ ਸ਼ਰਮਾ ਦਿੱਤਾ ਜਿਵੇਂ ਸ਼ਰਮਾ ਅੱਖ ਵਿੱਚ ਪੈਂਦਾ ਏਦਾਂ ਜਿਹੜਾ ਗਿਆਨ ਦਾ ਸ਼ਰਮਾ ਇਹ ਵੀ ਅੱਖ ਵਿੱਚ ਹੀ ਪੈਂਦਾ ਪਰ ਇੱਥੇ ਅੱਖ ਪਾਤਸ਼ਾਹ ਨੇ ਸੁਰਤ ਨੂੰ ਆਖੇ ਸੁਰਤ ਰੂਪੀ ਅੱਖ ਵਿੱਚ ਗਿਆਨ ਦਾ ਸਰਮਾ ਪਵੇਗਾ ਜਿਵੇਂ ਆਪਾਂ ਇਹਨਾਂ ਅੱਖਾਂ ਨਾਲ ਨੇਤਰਾਂ ਨਾਲ ਵੇਖਨੇ ਆਂ ਸੁਰਤ ਨਾਲ ਬੰਦਾ ਵੇਖਦਾ ਗੁਰਬਾਣੀ ਵਿੱਚ ਸੁਰਤ ਨੂੰ ਆਖ ਆਖਿਆ ਜਿਵੇਂ ਆਪਾਂ ਧੰਗੁਰੂ ਅੰਗਦ ਸਾਹਿਬ ਜੀ ਦੇ ਪਾਵਨ ਬਚਨ ਪੜ੍ਹਦੇ ਆਂ ਤੇ ਪਾਰਸ਼ਾ ਜੀ ਕਹਿੰਦੇ ਨੇ ਦਿਸੇ ਸੁਣੀਏ ਜਾਣੀਏ ਸਭ ਨਾ ਪਾਇਆ ਜਾਏ ਰਹੁ ਲਾ ਟੁੰਡ ਆਂਦੋਲਾ ਕਿਉਂ ਗੜ ਲਗੇ ਤਾਏ ਭੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ ਸੁਰਤ ਨੂੰ ਪਾਰਸ਼ਾ ਜੀ ਨੇ ਅੱਖਾਂ ਆਖਿਆ ਤੁਸੀਂ ਵੇਖੋ ਕਈ ਨੇਤਰਹੀਣ ਜਿਹੜੇ ਸਿੰਘ ਹੁੰਦੇ ਆ ਉਹ ਉਹਨਾਂ ਨੂੰ ਭਾਵੇਂ ਅੱਖਾਂ ਨਾਲ ਨਹੀਂ ਦਿਸਦਾ ਪਰ ਸੁਰਤ ਉਹਨਾਂ ਦੀ ਕਿੰਨੀ ਕੰਮ ਕਰਦੀ ਹੈ ਆਪਾਂ ਭਾਵੇਂ ਨੇਤਰਾਂ ਵਾਲੇ ਕਿਸੇ ਬੰਦੇ ਨੂੰ ਸਾਲ 6 ਮਹੀਨੇ ਬਾਅਦ ਹੀ ਆਪਾਂ ਨੂੰ ਕਈ ਵਾਰੀ ਚੇਤਾ ਭੁੱਲ ਜਾਂਦਾ ਹੈ ਪਰ ਜਿਹੜੀ ਨੇਤਰਹੀਣ ਬੰਦੇ ਕਈ ਵਾਰੀ ਤੁਹਾਨੂੰ ਇੱਕ ਵਾਰੀ ਕਿਤੇ ਮਿਲੇ ਹੋਣ ਤੇ ਕੋਈ ਵੀ 5-6 ਸਾਲਾਂ ਬਾਅਦ ਵੀ ਉਹ ਤੁਹਾਡੀ ਆਵਾਜ਼ ਪਛਾਣ ਕੇ ਦੱਸ ਦਿੰਨਗੇ ਵੀ ਤੁਸੀਂ ਫਲਾਣੇ ਇਲਾਕੇ 'ਚ ਇੱਕ ਵਾਰੀ ਤੁਸੀਂ ਮੈਨੂੰ ਮਿਲ ਸੀ ਤੁਹਾਡਾ ਨਾਮ ਸ਼ਾਇਦ ਇਹ ਹੈ ਉਹ ਸੁਰਤ ਨਾਲ ਕਿਉਂਕਿ ਸੁਰਤ ਬੜੀ ਤੇਜ਼ ਕੰਮ ਕਰਦੀ ਹੈ। ਤੋਂ ਪਾਤਸ਼ਾਹ ਜੀ ਨੇ ਬਹੁਤ ਪਿਆਰਾ ਬਚਨ ਕੀਤਾ ਵੀ ਸਤਗੁਰੂ ਵਿਟੋਂ ਵਾਰੇ ਆ ਜਿਤ ਮਿਲੇ ਖਸਮ ਸੁਮਹਾਲਿਆ ਜਿਨ ਕਾਰ ਉਪਦੇਸ਼ ਗਿਆਨ ਅੰਜਨ ਦਿਆ ਇਨੀ ਨਿਤਰੀ ਇਹਨਾਂ ਨਿਤਰਾ ਦੇ ਨਾਲ ਪਵ ਸੁਰਤ ਰੂਪੀ ਅੱਖ ਦੇ ਨਾਲ ਸੰਸਾਰ ਨੂੰ ਧਿਆਨ ਨਾਲ ਵੇਖ ਲਿਆ। ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ। ਪਰ ਪਾਤਸ਼ਾਹ ਜੀ ਕਹਿੰਦੇ ਜੀ ਜਦੋਂ ਮਨੁੱਖ ਸੱਚ ਨਾਲ ਜੁੜਦਾ ਹੈ ਤੇ ਮਨੁੱਖ ਦੀ ਜ਼ਿੰਦਗੀ ਜੂਣ ਦੇ ਵਿੱਚ ਤਬਦੀਲੀ ਆਉਂਦੀ ਹੈ ਮਨੁੱਖ ਜਦੋਂ ਸੱਚ ਨਾਲ ਜੁੜਦਾ ਹੈ ਉਹਦੇ ਰਹਿਣ ਸਹਿਣ ਉਹਦੇ ਹਰ ਇੱਕ ਵਿੱਚ ਉਤਸ਼ਾਹ ਹੁੰਦਾ ਹੈ ਕਿ ਮਨੁੱਖ ਨੇ ਆਪਣੇ ਜੀਵਨ ਨੂੰ ਕਿਵੇਂ ਬਲਦੇ ਨਾਲ ਜਿਉਣਾ ਹੈ ਪਰ ਜਦੋਂ ਮਹਾਰਾਜ ਕਹਿੰਦੇ ਨੇ ਮਨੁੱਖ ਦੇ ਮਨ ਨੇ ਸੱਚ ਨਾਲੋਂ ਲਿੰਕ ਤੋੜ ਦਿੱਤਾ ਆਪਣੀਆਂ ਜ਼ਿੰਦਗੀ ਦੇ ਵਿੱਚ ਉਹਨੇ ਆਪ ਹੀ ਉਲਝਣਾ ਖੜੀਆਂ ਕਰ ਲੀਆਂ ਪਰੇਸ਼ਾਨੀਆਂ ਖੜੀਆਂ ਕਰ ਲੀਆਂ ਤੇ ਕਿਡਾ ਪਿਆਰਾ ਨਕਸ਼ਾ ਖਿੱਚੇ ਜਿਹੜਾ ਮਨੁੱਖ ਸੱਚ ਨਾਲੋਂ ਲਿੰਕ ਤੋੜ ਦਿੰਦਾ ਹੈ ਰੱਬੀ ਗੁਣਾ ਨਾਲੋਂ ਨਾਤਾ ਟੁੱਟ ਗਿਆ ਤੇ ਪਾਸ਼ਾ ਜੀ ਪਤਾ ਕੀ ਫਰਮਾਉਂਦੇ ਕਹਿੰਦੇ ਕਰਨੀ ਕਾਗਦ ਹੁਣ ਬਾਣੀ ਚ ਕਾਗਜ ਸ਼ਬਦ ਵੀ ਆਇਆ ਤੇ ਕਾਗਦ ਸ਼ਬਦ ਵੀ ਆਇਆ ਦੋਹਾਂ ਦਾ ਅਰਥ ਪੇਪਰ ਹੀ ਹੈ ਜਿਹੜਾ ਦੁਨਿਆਵੀ ਪੇਪਰ ਹੁੰਦਾ ਹੈ ਨਾ ਉਹ ਬਣਦਾ ਕਿਤੇ ਹੋਰ ਹੈ ਖਰੀਦਾ ਕੋਈ ਹੋਰ ਹੈ ਤੇ ਲਿਖਦਾ ਕੋਈ ਹੋਰ ਹੈ ਪਰ ਇਹ ਆਚਰਣ ਦਾ ਪੇਪਰ ਹੈ ਨਾ ਕਰਤਾਰ ਦਾ ਪੇਪਰ ਹੈ ਇਹ ਮਨੁੱਖ ਦੇ ਆਪਣੇ ਅੰਦਰ ਹੀ ਬਣਦਾ ਹੈ ਇਹਦਾ ਕਾਰਖਾਨਾ ਕੋਈ ਹੋਰ ਨਹੀਂ ਹੈ ਪਾਸ਼ਾ ਜੀ ਕਹਿੰਦੇ ਨੇ ਕਰਨੀ ਕਾਗਦ ਜਿਹੜੀ ਮਨੁੱਖ ਦੀ ਕਰਨੀ ਹੈ ਜਿਹੜਾ ਮਨੁੱਖ ਦਾ ਆਚਰਣ ਹੈ ਇਹ ਪੇਪਰ ਤੇ ਮਨ ਮਸਵਾਣੀ ਮਸ ਕਹਿੰਦੇ ਨੇ ਸ਼ਾਈ ਨੂੰ ਮਸਵਾਣੀ ਕਹਿੰਦੇ ਨੇ ਸ਼ਾਈ ਦੀ ਦਵਾਤ ਨੂੰ ਜਿਵੇਂ ਸ਼ਾਈ ਦੇ ਰਾਹੀਂ ਪੇਪਰ ਦੇ ਉੱਪਰ ਲਿਖਿਆ ਜਾਂਦਾ ਹੁਣ ਪਾਸ਼ਾ ਜੀ ਕਹਿੰਦੇ ਮਨ ਵਿੱਚ ਜਿੰਨੇ ਵੀ ਸੰਸਕਾਰ ਇਕੱਠੇ ਕੀਤੇ ਹੋਏ ਨੇ ਜਿਹੜੇ ਸੰਸਕਾਰ ਇਕੱਠੇ ਕੀਤੇ ਹੋਏ ਨੇ ਇਹ ਸ਼ਾਈ ਹੈ ਹੁਣ ਜਿੱਦਾਂ ਦੀ ਸ਼ਾਈ ਹੋਏਗੀ ਉਦਾਂ ਦਾ ਹੀ ਆਰਟੀਕਲ ਲਿਖਿਆ ਜਾਣਾ ਉਦਾਂ ਦਾ ਹੀ ਲੇਖ ਲਿਖਿਆ ਜਾਣਾ ਹੁਣ ਪੇਪਰ ਹੋ ਗਿਆ ਮਨੁੱਖ ਦਾ ਆਚਰਣ ਕਰਨੀ ਕਾਗਦ ਮਨ ਮਸਵਾਣੀ ਤੇ ਅੱਗੇ ਹਜ਼ੂਰ ਫਰੋਂਦੇ ਨੇ ਬੁਰਾ ਭਲਾ ਦੋਏ ਲੇਖ ਪਏ ਜਿਹੜਾ ਬੁਰਾ ਲੇਖ ਹੈ ਤੇ ਭਲਾ ਲੇਖ ਹੈ ਨਾ ਇਹ ਮਨੁੱਖ ਦੇ ਆਪਣੇ ਹੱਥ ਵਸ ਹੈ ਜੇ ਤੇ ਆਚਰਣ ਦਾ ਪੇਪਰ ਚੰਗਾ ਹੋਏਗਾ ਜੇ ਮਨੁੱਖ ਦੇ ਕੋਲ ਚੰਗੇ ਸੰਸਕਾਰਾਂ ਦੀ ਸ਼ਾਈ ਹੋਏਗੀ ਤੇ ਲੇਖ ਚੰਗਾ ਲਿਖਿਆ ਜਾਏਗਾ ਜੇ ਮਨੁੱਖ ਦੇ ਕੋਲ ਮਾੜੇ ਸੰਸਕਾਰਾਂ ਦੀ ਸ਼ਾਈ ਹੈ ਸੰਸਕਾਰ ਸਮਝਦੇ ਆਪਾਂ ਜੋ ਮਨੁੱਖ ਦਾ ਸੁਭਾਅ ਹੁੰਦਾ ਹੈ ਜਿਵੇਂ ਆਪਾਂ ਨੇ ਕਈ ਵਾਰੀ ਕਹਿੰਦੇ ਬੜੇ ਚੰਗੇ ਸੰਸਕਾਰਾਂ ਦਾ ਬੱਚਾ ਹੈ ਤੁਹਾਨੂੰ ਕੋਈ ਵਿਅਕਤੀ ਮਿਲੇ ਤੇ ਆਪਾਂ ਕਿਸੇ ਦੇ ਮਿਲਣ ਤੋਂ ਅੰਦਾਜ਼ਾ ਲਾ ਲੈਂਦੇ ਬੜੇ ਚੰਗੇ ਸੰਸਕਾਰ ਨੇ ਭਾਈ ਬੰਦੇ ਦੇ ਇਹ ਜਿਹੜੇ ਚੰਗੇ ਸੰਸਕਾਰ ਨੇ ਕੌਣ ਬਣਾਉਂਦਾ ਹੈ ਕਿਸੇ ਨੇ ਤੇ ਨਹੀਂ ਬਣਾਏ ਇਹ ਤੇ ਮਨੁੱਖ ਖੁਦ ਆ ਬਣਾਉਂਦਾ ਹੈ ਅਜੇ ਜਿਹੜੀ ਦੁਨਿਆਵੀ ਸ਼ਾਈ ਹੈ ਬਣਾਏਗਾ ਕੋਈ ਹੋਰ ਕਲਮ ਕਿਸੇ ਹੋਰ ਨੇ ਘੜੀ ਹੋਏਗੀ ਪੇਪਰ ਕੋਈ ਹੋਰ ਹੋਏਗਾ ਤੇ ਹੋਰ ਲਿਖੇਗਾ ਪਰ ਇਹ ਜਿਹੜਾ ਆਚਰਣ ਦਾ ਪੇਪਰ ਹੈ ਨਾ ਇਹ ਖੁਦ ਮਨੁੱਖ ਆਪ ਤਿਆਰ ਕਰਦਾ ਕਿਸ ਜਿਹਦਾ ਆਚਰਣ ਚੰਗਾ ਹੈ ਉਹਦਾ ਪੇਪਰ ਚੰਗਾ ਹੈ ਜਿਹਦਾ ਆਚਰਣ ਮਾੜਾ ਹੈ ਉਹਦਾ ਪੇਪਰ ਮਾੜਾ ਹੈ ਤਾਂ ਹਜ਼ੂਰ ਸਮਝਾਉਂਦੇ ਨੇ ਕਰਨੀ ਕਾਗਦ ਹੁਣ ਇਹ ਨਹੀਂ ਕਿਹਾ ਕਰਨੀ ਚੰਗੀ ਹੈ ਕਿ ਮਾੜੀ ਹੈ ਇਹ ਆਪ ਨੂੰ ਪਤਾ ਬੰਦੇ ਨੂੰ ਮੇਰੀ ਕਰਨੀ ਕਿਦਾਂ ਦੀ ਹੈ ਮੇਰਾ ਵਿਹਾਰ ਕਿਦਾਂ ਦਾ ਹੈ ਕਰਨੀ ਕਾਗਦ ਤੇ ਮਨ ਮਸਵਾਣੀ ਮਨ ਕੀ ਹੈ ਸ਼ਿਆਹੀ ਦੀ ਦਵਾਤ ਤੇ ਸ਼ਿਆਹੀ ਕੀ ਹੈ ਮਨੁੱਖ ਦੇ ਕੀਤੇ ਹੋਏ ਅੰਦਰ ਸੰਸਕਾਰ ਇਕੱਠੇ ਅਛਾ ਜੇ ਸੰਸਕਾਰ ਚੰਗੇ ਨੇ ਇਸ ਤੋਂ ਦੋ ਸ਼ਬਦ ਆ ਗਏ ਬੁਰਾ ਭਲਾ ਦੋ ਹੀ ਲੇਖ ਪਏ ਬੁਰਾ ਤੇ ਭਲਾ ਜੇ ਸੰਸਕਾਰ ਚੰਗੇ ਨੇ ਤੇ ਲੇਖ ਚੰਗਾ ਲਿਖਿਆ ਜਾਣਾ ਹੈ ਜੇ ਸੰਸਕਾਰ ਮਾੜੇ ਨੇ ਤੇ ਲੇਖ ਮਾੜਾ ਲਿਖਿਆ ਜਾਣਾ ਪਰ ਆਪਾਂ ਇੱਕ ਸ਼ਬਦ ਸੰਸਾਰੀ ਜੀਵ ਆਮ ਹੀ ਬੋਲਦੇ ਆ ਕਿਤੇ ਕੋਈ ਪ੍ਰੋਬਲਮ ਆ ਜਾਏ ਆਪਾਂ ਕਹਿੰਨੇ ਵੀ ਇਹ ਲੇਖਾਂ ਚ ਇਹ ਸ਼ਬਦ ਆਪਾਂ ਆਮ ਬੋਲ ਦਿੰਨੇ ਪਰ ਪਾਸ਼ਾ ਜੀ ਕਹਿੰਦੇ ਲੇਖ ਤੂੰ ਖੁਦ ਆਪ ਲਿਖੇ ਚੰਗਾ ਲਿਖਿਆ ਤਾਂ ਤੇਰਾ ਇਹ ਮਾੜਾ ਲਿਖਿਆ ਤਾਂ ਤੇਰਾ ਤਾਂ ਹੀ ਤੇ شیخ ਫਰੀਦ ਜੀ ਦੇ ਆਪਾਂ ਜਿਹੜਾ ਸ਼ਲੋਕ ਪੜ੍ਹਦੇ ਆ ਤੋ ਉਸੇ ਸ਼ਬਦ ਵਰਤੇ ਆ ਵੀ ਜੇ ਤੂੰ ਅਕਲ ਰਤੀਫ ਇਹ ਸ਼ਬਦ ਲਿਖੇ ਕਾਲੇ ਲੇਖ ਨਾ ਲੇਖ ਉਹਦਾ ਕਾਲਾ ਲੇਖ ਹੈ ਉਹ ਰੱਬ ਨੂੰ ਨਹੀਂ ਕਹਿ ਰੇ ਬੰਦੇ ਨੂੰ ਕਹਿ ਰੇ ਵੀ ਜ਼ਿੰਮੇਵਾਰੀ ਤੇਰੀ ਆਪਣੀ ਹੈ ਵੀ ਚੰਗਾ ਲੇਖ ਲਿਖਣਾ ਤਾਂ ਤੇਰੀ ਮਰਜ਼ੀ ਹੈ ਮਾੜਾ ਲੇਖ ਲਿਖਣਾ ਹੈ ਤਾਂ ਤੇਰੀ ਮਰਜ਼ੀ ਹੈ ਤੋ ਇੱਥੇ ਪਾਸ਼ਾ ਜੀ ਸਮਝਾਉਂਦੇ ਨੇ ਬੁਰਾ ਭਲਾ ਦੋਈ ਲੇਖ ਪਏ ਅੱਛਾ ਇਹ ਬੁਰਾ ਭਲਾ ਦੋਈ ਲੇਖ ਪਏ ਕਿਵੇਂ ਹੋਏਗਾ ਕਿਉਂਕਿ ਸਮਝਾ ਕੇ ਇਹਨੂੰ ਰਹੇ ਨਹੀਂ ਮੰਨੂ ਕਿ ਮਨਾ ਤੂੰ ਚੇਤੇ ਕਿਉਂ ਨਹੀਂ ਕਰਦਾ ਉਸ ਨੂੰ ਕਿਨੂੰ ਜਿਹੜਾ ਤੇਰੇ ਅੰਦਰ ਉਹ ਸੱਚ ਬੈਠਾ ਹੈ ਵੈਗਰੂ ਬੈਠਾ ਹੈ ਅਕਾਲ ਪੁਰਖ ਬੈਠਾ ਹੈ ਪਰਮਾਤਮਾ ਬੈਠਾ ਜਿਹੜਾ ਮਰਜ਼ੀ ਨਾਮ ਦੇ ਲੋ ਜਦੋਂ ਆਪਾਂ ਭਗਤਾਂ ਦੀ ਬਾਣੀ ਪੜਦੇ ਉਹਨਾਂ ਨੇ ਤੇ ਇੱਥੋਂ ਤੱਕ ਲਿਆ ਕੇ ਖੜਾ ਕਰਤਾ ਵੀ ਕਾਇਉ ਦੇਵਾ ਕਾਇਉ ਦੇਵਲ ਕਾਇਉ ਜੰਗਮ ਜاتی ਵੇਖੋ ਵਿਚਾਰਧਾਰਾ ਕਿੰਨੀ ਮੇਲ ਖਾਂਦੀ ਹੈ ਜੇ ਭਗਤ ਪੀਪਾ ਜੀ ਇਹ ਸ਼ਬਦ ਬੋਲਦੇ ਨੇ ਵੀ ਕਾਇਆ ਨੂੰ ਖੋਜਣਾ ਹੀ ਮੇਰੇ ਵਾਸਤੇ ਦੇਵਤਾ ਹੈ ਤੇ ਕਾਇਆ ਦੀ ਖੋਜ ਕਰਨੀ ਮੇਰੇ ਵਾਸਤੇ ਉਹ ਸਥਾਨ ਹੈ ਜਿੱਥੇ ਮੂਰਤੀ ਨੂੰ ਸਥਾਪਿਤ ਕੀਤਾ ਜਾਂਦਾ ਹੈ ਇਹੋ ਵਿਚਾਰ ਗੁਰੂ ਨਾਨਕ ਸਾਹਿਬ ਜੀ ਦੇ ਮਨ ਮੰਦਰ ਤਨ ਵੇਸ਼ ਗਲੰਦਰ ਘਟ ਹੀ ਤੀਰਥ ਨਾਵਾਂ ਏਕ ਸ਼ਬਦ ਮੇਰਾ ਹੈ ਪ੍ਰਾਣ ਬਸਤ ਹੈ ਬੌੜ ਜਨਮਨਾ ਆਵਾ ਤਾਂ ਸਾ ਸੰਗਤ ਜੀ ਗੁਰੂ ਸਾਹਿਬ ਜੀ ਨੇ ਜਿੰਨੇ ਵੀ ਆਪਾਂ ਵੇਖੋ ਆਪਾਂ ਗੁਰਦੁਆਰੇ ਕਾਦੇ ਲਈ ਆਉਨੇ ਆ ਇਹ ਤੋਂ ਸੋਚੀ ਲੈਣ ਵਾਸਤੇ ਹੁੰਦੇ ਆ ਭਾਵੇਂ ਉਹ ਕੀਰਤਨ ਦੇ ਰੂਪ ਚ ਐ ਪਾਠ ਦੇ ਰੂਪ ਚ ਐ ਵਿਚਾਰਾਂ ਦੇ ਰੂਪ ਚ ਐ ਕਿ ਮੈਂ ਆਪਣੀ ਜ਼ਿੰਦਗੀ ਨੂੰ ਗੁਰੂ ਦੇ ਉਪਦੇਸ਼ ਨੂੰ ਸਮਝ ਕੇ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨਾ ਹੈ ਰੋਜ਼ਮਰ ਦੀ ਜ਼ਿੰਦਗੀ ਵਿੱਚ ਪ੍ਰੈਕਟੀਕਲ ਜਿਹੜਾ ਜੀਵਨ ਜਿਉਣਾ ਵੀ ਇੱਕੋ ਇਨਸਾਨ ਹੈ ਜਿਹੜਾ ਆਪਣੇ ਆਪ ਨੂੰ ਚੇਂਜ ਕਰ ਸਕਦਾ ਆਪਣੀ ਸੁਭਾਅ ਨੂੰ ਬਦਲ ਸਕਦਾ ਹੈ ਆਪਣੀ ਸੋਚ ਨੂੰ ਬਦਲ ਸਕਦਾ ਹੈ ਆਪਣੇ ਵਿਚਾਰ ਬਦਲ ਸਕਦਾ ਹੈ ਦੂਜਾ ਨਹੀਂ ਬਦਲ ਸਕਦਾ ਇਨਸਾਨ ਆਪਣੇ ਆਪ ਨੂੰ ਆਪ ਬਦਲ ਸਕਦਾ ਹੈ ਦੂਜਾ ਕੌਣ ਬਦਲਦਾ ਹੈ ਤਾਂ ਹੀ ਸਤਿਗੁਰ ਨੇ ਆਖਿਆ ਸੀ ਨਾਨਕ ਮਨ ਸਮਝਾਈਐ ਗੁਰੂ ਸਾਹਿਬ ਜੀ ਨੇ ਇਹ ਨਹੀਂ ਕਿਹਾ ਵੀ ਦੂਜੇ ਨੂੰ ਸਮਝਾ ਕੇ ਤੇ ਮਨ ਨੂੰ ਸਮਝਾ ਹੁਣ ਆਪਾਂ ਭਾਵੇਂ ਕੋ ਪ੍ਰਚਾਰਕ ਹੈ ਭਾਵੇਂ ਰਾਗੀ ਹੈ ਭਾਵੇਂ ਗ੍ਰੰਥੀ ਹੈ ਭਾਵੇਂ ਕੋ ਟੀਚਰ ਵੀ ਹੈ ਉਹ ਤੁਹਾਨੂੰ ਲੈਸਨ ਦੇ ਸਕਦਾ ਜਦੋਂ ਸਕੂਲ ਵਿੱਚ ਆਪ ਜਦੋਂ ਆਪਣੇ ਬੱਚੇ ਨੂੰ ਸਕੂਲ ਲੈ ਕੇ ਜਾਂਦੇ ਟੀਚਰ ਤੇ ਸਾਰਿਆਂ ਨੂੰ ਬਰਾਬਰ ਪੜਾਉਂਦਾ ਹੈ ਪਰ ਬੱਚਾ ਪੜਦਾ ਏਦਾਂ ਹੀ ਗੁਰੂ ਪਾਤਸ਼ਾਹ ਜੀ ਨੇ ਸਮਝਾਇਆ ਸਾਰਿਆਂ ਨੂੰ ਹੈ ਜਿਹੜਾ ਜਿਹੜਾ ਸਮਝਣਾ ਚਾਹੁੰਦਾ ਸੀ ਉਹ ਸਮਝ ਗਿਆ ਜਿਹੜਾ ਨਹੀਂ ਸੀ ਸਮਝਣਾ ਚਾਹੁੰਦਾ ਉਹਦੇ ਬਾਰੇ ਮੋਹਣ ਕਮੜਾ ਉਹ ਆ ਵੀ ਭਾਈ ਗੁਰਦਾਸ ਨੇ ਲਿਖਿਆ ਉਹ ਵੀ ਤੇ ਗੁਰੂ ਦੇ ਘਰ ਹੀ ਪੈਦਾ ਹੋਏ ਸੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਆਪਣੀ ਸੰਤਾਨ ਹੈ ਮੋਰੀ ਪੁੱਤ ਸਰਮੁਖ ਵਾ RAMਦਾਸੇ ਪਹਿਲੀ ਪਾਇ ਜੂ ਇਹਦਾ ਮਤਲਬ ਇਹ ਨਹੀਂ ਵੀ ਗੁਰੂ ਸਾਹਿਬ ਕਿਤੇ ਵਿਤਕਰਾ ਕਰਦੇ ਗੱਲ ਸਿੱਖਣ ਤੇ ਡਿਪੈਂਡ ਕਰਦਾ ਵੀ ਕਿਹੜਾ ਮਨੁੱਖ ਸਿੱਖ ਕੇ ਆਪਣੀ ਜ਼ਿੰਦਗੀ ਚ ਲਾਗੂ ਕਰਦਾ ਹੈ ਤੇ ਕਿਹੜਾ ਗੁਰੂ ਪਾਤਸ਼ਾਹ ਦੀ ਸਿੱਖਿਆ ਨੂੰ ਬਸ ਇਧਰੋਂ ਸੁਣੀ ਗੱਲ ਤੇ ਇਧਰੋਂ ਕੱਢ ਦਿੰਦਾ ਤਾਂ ਹੀ ਤੇ ਸ਼ਬਦ ਵਰਤੇ ਸੀ ਕਿ ਗੁਰੂ ਪਾਤਸ਼ਾਹ ਜੀ ਦੀ ਵਿਚਾਰਧਾਰਾ ਨੂੰ ਜਿਹੜਾ ਮਨੁੱਖ ਜਿਹੜੀ ਗੁਰੂ ਦੀ ਜਿਹੜੀ ਕੋਲ ਵੀ ਪਤਾ ਕਿਹੜੀ ਹੈ ਜਿਹੜਾ ਗੁਰੂ ਦੀ ਗੱਲ ਮੰਨਦਾ ਕਿਉਂਕਿ ਗੁਰੂ ਦਾ ਸਬੰਧ ਤੇ ਸਿੱਖ ਦੇ ਨਾਲ ਹੈ ਨਾ ਗੁਰੂ ਦੀ ਕੋਲ ਤੇ ਬਾਬਾ ਲੈਣਾ ਜੀ ਹੈ ਗੁਰੂ ਅੰਗਦ ਸਾਹਿਬ ਬਣੇ ਗੁਰੂ ਅਮਰਦਾਸ ਜੀ ਬਣੇ ਗੁਰੂ ਰਾਮਦਾਸ ਪਾਤਸ਼ਾਹ ਜੀ ਬਣੇ ਗੁਰੂ ਦੀ ਕੋਲ ਸਰੀਰ ਦੀ ਕੋਲ ਬਾਕੀ ਨਾਲ ਨਾਲ ਤੁਰਦੀ ਗਈ ਹੈ ਗੁਰੂ ਦੇ ਸ਼ਬਦ ਨੂੰ ਸਮਝਣਾ ਵਿਚਾਰਨਾ ਤਾਂ ਹੀ ਤੇ ਆਖਾਸੇ ਸੇਵਕ ਸਿੱਖ ਪੂਜਣ ਸਭ ਆਵੇਂ ਸਭ ਗਾਵੇਂ ਹਰ ਹਰ ਊਤਮ ਬਾਣੀ ਗਾਵੇ ਆ ਸੁਣਿਆ ਤਿੰਨ ਕਾ ਹਰ ਥਾਂੇ ਪਾਵੇ ਜਿਹਨ ਸਤਗੁਰ ਕੀ ਆਗਿਆ ਸਤ ਸਤ ਜੀ ਮੰਨੀ ਸੋ ਸਿਕ ਸਖਾ ਬੰਧ ਪਹਿ ਭਾਈ ਜੇ ਗੁਰ ਕਹਿ ਪਾਣੇ ਵਿੱਚ ਆਵੇ ਆਪਣੇ ਪਾਣੇ ਜੋ ਚੱਲੇ ਪਾਈ ਵਿਛੜ ਚੋਟਾਂ ਖਾਵੇ ਇਹ ਸ਼ਬਦ ਗੁਰੂ ਸਾਹਿਬ ਨੇ ਕਿਉਂ ਵਰਤੇ ਕਿ ਗੁਰੂ ਦਾ ਸਬੰਧ ਕਿਹਦੇ ਨਾਲ ਹੈ ਸਿੱਖਿਆ ਨਾਲ ਵੀ ਜਿਹੜਾ ਸਿੱਖਿਆ ਲੈ ਕੇ ਤੁਰਦਾ ਉਹ ਗੁਰੂ ਦਾ ਸੇਵਕ ਵੀ ਹੈ ਸਖਾ ਵੀ ਹੈ ਬੰਧਪ ਵੀ ਹੈ ਸਭ ਕੁਝ ਹੈ ਕਿਉਂਕਿ ਗੁਰੂ ਦੇ ਨਾਲ ਸਬੰਧ ਉਹਦੀ ਸਿੱਖਿਆ ਦਾ ਹੈ ਜੇ ਗੁਰੂ ਦੀ ਸਿੱਖਿਆ ਲੈ ਕੇ ਨਾਲ ਨਾਲ ਤੁਰਦਾ ਹੈ ਤੇ ਜ਼ਿੰਦਗੀ ਵਿੱਚ ਲਾਗੂ ਕਰਦਾ ਹੈ ਤੇ ਜੀਵਨ ਉਹਦਾ ਕਮਾਲ ਦਾ ਹੈ ਪਾਸ਼ਾ ਜੀ ਤੇ ਸਮਝਾਉਂਦੇ ਬੰਦਿਆ ਆਪਣਾ ਲੇਖ ਲਿਖਣ ਲੱਗੇ ਧਿਆਨ ਰੱਖੀ ਕਿ ਜੇ ਤੇ ਸੰਸਕਾਰ ਚੰਗੇ ਨੇ ਤੇ ਚੰਗਾ ਲੇਖ ਲਿਖਿਆ ਜਾਏਗਾ ਤੇ ਮਾੜਾ ਮਾੜੇ ਸੰਸਕਾਰ ਨੇ ਤੇ ਲੇਖ ਮਾੜਾ ਲਿਖਿਆ ਜਾਏਗਾ ਤੇਰਾ ਹਾਉ ਦੇ ਬੰਦ ਵੀ ਸਮਝਾਤਾ ਵੀ ਚਿਤ ਚੇਤਸ ਕੀ ਨਹੀਂ ਚੇਤੇ ਕਰਲਾ ਰੱਬੀ ਗੁਣਾ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਲਾ ਜਦੋਂ ਅਸੀਂ ਭਾਈ ਸੱਤਾ ਬਲਵੰਡ ਜੀ ਦੀ ਵਾਰ ਪੜਦੇ ਆ ਨਾ ਤੁਹਾਡੇ ਵਿੱਚੋਂ ਜਿਹੜੇ ਗੁਰਮੁਖ ਪਿਆਰੇ ਬਾਣੀ ਪੜਨ ਵਾਲੇ ਨੇ ਜਿਹੜੇ ਆਪ ਸਹਿਜ ਪਾਠ ਕਰਦੇ ਨੇ ਨੂੰ ਪਤਾ ਹੋਏਗਾ ਉੱਥੇ ਵੀ ਭਾਈ ਸੱਤਾ ਬਲਵੰਡ ਜੀ ਨੇ ਉਹ ਵਾਰ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਅਸਲੀ ਜਿਹੜੇ ਭੈਣ ਭਰਾ ਪਤਾ ਕੀ ਬਿਆਨ ਕੀਤੇ ਵੀ ਨਾਉ ਕਰਤਾ ਕਾਦਰ ਕਰੇ ਕਿਉਂ ਬੋਲ ਹੋ ਬਹਿ ਜੋ ਖੀਮਦਾ ਹੈ ਦੇ ਗੁਣਾ 7 ਭੈਣ ਭਰਾ ਮੈਂ ਗੁਰੂ ਨਾਨਕ ਸਾਹਿਬ ਦੇ ਅਸਲੀ ਭੈਣ ਭਰਾ ਦੇਵੀ ਗੁਣ ਹੁਣ ਫਿਜ਼ੀਕਲ ਤੌਰ ਤੇ ਗੁਰੂ ਨਾਨਕ ਸਾਹਿਬ ਜੀ ਦੀ ਭੈਣ ਬੇਬੇ ਨਾਨਕੀ ਹੈ ਪਰ ਜਿਹੜੇ ਅੰਦਰੂਲੀ ਜੀਵਨ ਦੇ ਭੈਣ ਭਰਾ ਕੌਣ ਨੇ ਦੇਵੀ ਗੁਣ ਦੇ ਗੁਣਾ 7 ਭੈਣ ਭਰਾ ਵਹ ਹੈ ਦੇਵੀ ਗੁਣ ਗੁਰੂ ਨਾਨਕ ਸਾਹਿਬ ਜੀ ਦੇ ਸਕੇ ਭੈਣ ਭਰਾਵਾ ਤੇ ਅਸਲੀ ਸਾਡੇ ਰਿਸ਼ਤੇਦਾਰ ਅਸਲੀ ਸਾਡੇ ਦੇਵੀ ਗੁਣ ਨੇ ਜਿਹੜੇ ਜਿਹੜੇ ਮਨੁੱਖ ਨੂੰ ਕਦੀ ਡੋਲਣ ਨਹੀਂ ਦਿੰਦੇ ਮਨੁੱਖ ਨੂੰ ਕਦੀ ਪਾਸੇ ਥੜਕਣ ਨਹੀਂ ਦਿੰਦੇ ਉਹ ਸਤ ਸੰਤੋਖ ਦਇਆ ਧਰਮ ਤਿਰਜ ਆਜਿਕ ਦੇਵੀ ਗੁਣ ਜਿਹੜੇ ਮਨੁੱਖ ਦੀ ਜ਼ਿੰਦਗੀ 'ਚ ਆ ਜਾਣ ਤੇ ਮਨੁੱਖ ਦੀ ਜ਼ਿੰਦਗੀ ਗੁਣ ਹੋਣ ਤੇ ਮਨੁੱਖ ਖੂਬਸੂਰਤ ਹੈ ਗੁਣ ਨਾ ਹੋਣ ਤੇ ਮਨੁੱਖ ਡਰਾਉਣਾ ਲੱਗਦਾ ਹੈ ਪੈ ਪੀਤ ਲੱਗਦਾ ਹੈ ਮਨੁੱਖ ਆਪਾਂ ਜਦੋਂ ਬਾਣੀ ਪੜ੍ਹਦੇ ਆ ਮੈਂ ਪਤ ਕੀ ਪੰਧ ਨਾ ਕਰਨੀ ਕੀ ਕਾਰ ਹਉ ਵਿਗੜਿਆ ਰੂਪ ਰਹਾ ਬਿਕਰਾਰ ਤੁਹਾਨੂੰ ਗੁਰਨਾਨਨ ਸਾਹਿਬ ਮਹਾਰਾਜ ਬਖਸ਼ਿਸ਼ ਕਰਦੇ ਨੇ ਮੈਂ ਪਤ ਕੀ ਪੰਧ ਪੰਧ ਕਹਿੰਦੇ ਨਸੀਅਤ ਨੂੰ ਮੈਂ ਆਪਣੇ ਮਾਰਗ ਦੀ ਨਸੀਅਤ ਉੱਤੇ ਨੇ ਤੁਰਿਆ ਨਾ ਕਰਨੀ ਕੀ ਕਾਰ ਨਾ ਮੈਂ ਉਹ ਕੰਮ ਕੀਤੇ ਜਿਹਦੇ ਨਾਲ ਮਨੁੱਖ ਦਾ ਕਰਦਾਰ ਉੱਚਾ ਹੋ ਸਕੇ ਤੇ ਹੋਇਆ ਕੀ ਹਉ ਵਿਗੜਿਆ ਰੂਪ ਮੇਰਾ ਰੂਪ ਵਿਗੜ ਗਿਆ ਹੁਣ ਕਿਹੜਾ ਰੂਪ ਵਿਗੜ ਗਿਆ ਅੰਦਰਲਾ ਕੇ ਬਾਹਰਲਾ ਬਾਹਰ ਦਾ ਰੂਪ ਤੇ ਹਰ ਇੱਕ ਨੂੰ ਪਤਾ ਹੈ ਆਪਾਂ ਸਾਰੇ ਜਾਣਦੇ ਆ ਬਾਹਰੋਂ ਤੇ ਆਪਾਂ ਰੂਪ ਇੱਕ ਦੂਜਾ ਵੇਖਦੇ ਆ ਪਰ ਜਿਹੜਾ ਅੰਦਰਲਾ ਰੂਪ ਹੈ ਉਹਦੇ ਬਾਰੇ ਤੇ ਆਪਾਂ ਇਹੋ ਸ਼ਬਦ ਬੋਲਦੇ ਵੀ ਵਾਹ ਪਿਆ ਜਾਣੀ ਹੈ ਜਾਂ ਰਾਹ ਪਿਆ ਜਾਣੀ ਹੈ ਜਦੋਂ ਤੁਹਾਡਾ ਕਿਸੇ ਨੇ ਵਾਹ ਪੈਂਦਾ ਜਦੋਂ ਤੁਸੀਂ ਕਿਸੇ ਰਾਹ ਪੈਂਦੇ ਹੋ ਜਦੋਂ ਤੁਸੀਂ ਕਿਸੇ ਰਸਤੇ ਗਏ ਹੀ ਨਹੀਂ ਤੁਹਾਨੂੰ ਕਿਹ ਪਤਾ ਰਸਤਾ ਕਿਦਾਂ ਦਾ ਹੈ ਇਹ ਜਿਹੜਾ ਅੰਦਰਲਾ ਰੂਪ ਹੈ ਇਹ ਚੰਗਾ ਹੈ ਕਿ ਮਾੜਾ ਜਿਨ੍ਹਾਂ ਨੂੰ ਅਸੀਂ ਯਾਦ ਕਰਦੇ ਆ ਨਾ ਉਹਨਾਂ ਦੇ ਅੰਦਰ ਦੇ ਰੂਪ ਕਰਕੇ ਯਾਦ ਕਰਦੇ ਆ ਬਾਰ ਦੇ ਰੂਪ ਦੀ ਤੇ ਕਿੰਨੀ ਕੋਈ ਮਨੁੱਖ ਵਡਿਆਈ ਕਰ ਸਕਦਾ ਕਿੰਨਾ ਟਾਈਮ ਕਰ ਸਕਦਾ ਮਨੋਕ ਤੁਸੀਂ ਕਿਸੇ ਦੀ ਵਡਿਆਈ ਕਰਨੀ ਹੋਵੇ ਕਿਸੇ ਦੇ ਸਰੀਰ ਦੀ ਕਿੰਨੀ ਕਿ ਤਾਰੀਫ ਕਰ ਲੇਗਾ ਮਨੋਕ ਦੋ ਚੌ ਮਿੰਟਾਂ ਵਿੱਚ ਗੱਲ ਨਿਬੜ ਜਾਣੀ ਹੈ ਪਰ ਜਿਹੜੀ ਅੰਦਰ ਦੀ ਤਾਰੀਫ ਹੈ ਨਾ ਉਹ ਤੇ ਕਈ ਵਾਰੀ ਹੋ ਸਕਦਾ ਤੁਹਾਨੂੰ ਇੱਕ ਕਿਤਾਬ ਲਿਖਣੀ ਪਵੇ ਜੇ ਤਾਂ ਵੀ ਤੁਸੀਂ ਕਹੋਗੇ ਜੇ ਮੁਕੰਮਲ ਨਹੀਂ ਮੈਂ ਗੱਲ ਕਹਿ ਸਕਿਆ ਆ ਪਰ ਜਵਜੀ ਸਾਹਿਬ ਜਪਦੇ ਮੰਨੇ ਕੀ ਗਤ ਕਹੀ ਨਾ ਜਾਏ ਜਿਨੇ ਗੱਲ ਮੰਨ ਲਈ ਆ ਜਿਨੇ ਆਪਣੇ ਅੰਦਰ ਨੂੰ ਸਵਾਰ ਲਿਆ ਵਾ ਉਹਦੀ ਗੱਲ ਨੂੰ ਉਹਦੇ ਜੀਵਨ ਨੂੰ ਬਿਆਨ ਨਹੀਂ ਲਫ਼ਜ਼ਾਂ ਨਾਲ ਕੀਤਾ ਜਾ ਸਕਦਾ ਮੰਨੇ ਕੀ ਗੱਤ ਕਹੀ ਨਾ ਜਾਏ ਫਿਰ ਇਹ ਵੀ ਕਹਤਾ ਜੇ ਕੋ ਕਹੇ ਪਿਛੇ ਪੁਛਤਾ ਜੇ ਕੋ ਬਿਆਨ ਵੀ ਕਰ ਦੇਵੇ ਨਾ ਤੇ ਬਾਅਦ ਵਿੱਚ ਇਹ ਵੀ ਕਿਤੇ ਪਛਤਾਵਾ ਰਹਿੰਦਾ ਵੀ ਜੋ ਕੁਝ ਮੈਂ ਬਿਆਨ ਕੀਤਾ ਜੇ ਮੁਕੰਮਲ ਨਹੀਂ ਕਰ ਸਕਿਆ ਜਿਨੇ ਆਪਣੇ ਗੁਰੂ ਦੇ ਸ਼ਬਦਾਂ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਇਆ ਹੈ ਕਿਹਦੀ ਖੂਬਸੂਰਤ ਵਿਚਾਰ ਧਾਰਾ ਵੀ ਮੈਂ ਪਤ ਕੀ ਪੰਧ ਇਹਦਾ ਮਤਲਬ ਇਹ ਨਹੀਂ ਵੀ ਗੁਰੂ ਨਾਨਕ ਸਾਹਿਬ ਮਾਲਕ ਦੀ ਨਸੀहत ਉਤੇ ਨਹੀਂ ਤੁਰੇ ਉਹ ਸਿਖਿਆ ਸੰਸਾਰ ਨੂੰ ਦੇ ਰਹੇ ਨੇ ਵੀ ਮੈਂ ਪਤ ਕੀ ਪੰਦ ਨਾ ਕਰਨੀ ਕੀ ਕਾਰ ਮੈਂ ਉਹ ਕਾਰ ਨਹੀਂ ਕੀਤੀ ਮੈਂ ਉਹ ਨਸੀਹਤ ਉੱਤੇ ਨਹੀਂ ਤੁਰਿਆ ਜਿਹਦੇ ਨਾਲ ਮੇਰਾ ਕਰਦਾਰ ਤੇ ਕਰੈਕਟਰ ਉੱਚਾ ਹੋ ਸਕੇ ਹੋਇਆ ਕੀ ਹਾਂ ਵਿਗੜਿਆ ਰੂਪ ਰੂਪ ਵਿਗੜ ਗਿਆ ਪਰ ਹਾਂ ਬਿਕਰਾਲ ਡਰਾਉਣਾ ਬਣ ਗਿਆ ਬੰਦਾ ਹੀ ਡਰਾਉਣਾ ਜਦੋਂ ਮਨੁੱਖ ਸੱਚ ਨਾਲੋਂ ਟੁੱਟਦਾ ਹੈ ਨਾ ਬੜੀ ਖਤਰਨਾਕ ਚੀਜ਼ ਬਣਦਾ ਹੈ ਮਨੁੱਖ ਜਦੋਂ ਮਨੁੱਖ ਦਾ ਸੱਚ ਨਾਲੋਂ ਇੰਜ ਕਹਿ ਲੋ ਗੁਣਾ ਦੀ ਗੋਦ ਵਿੱਚੋਂ ਉੱਠ ਕੇ ਔਗਣਾ ਦੀ ਝੋਲੀ ਜਾ ਕੇ ਪੈ ਜਾਣਾ ਮਨੁੱਖ ਖਤਰਨਾਕ ਚੀਜ਼ ਬਣ ਜਾਂਦਾ ਹੈ ਤੇ ਸਤਿਗੁਰ ਨੇ ਤਾਂ ਹੀ ਤੇ ਆਖਿਆ ਸੀ ਪੰਜ ਮਨਾਏ ਪੰਜ ਰਸਾਇ ਪੰਜਾਂ ਨੂੰ ਮਨਾ ਲਓ ਤੇ ਪੰਜਾਂ ਨੂੰ ਗੁਸੇ ਕਰ ਲਓ ਪੰਜ ਮਨਾ ਕੇ ਘਰ ਲੈ ਆਓ ਤੁਸੀਂ ਆਪਣੇ ਪਰਿਵਾਰ 'ਚ ਵੇਖ ਲਓ ਜੇ ਤੋਂ ਬਿਨਾ ਸਰਦਨ ਹੋਵੇ ਆਪਾਂ ਉਹਨੂੰ ਮਨਾਉਨੇ ਆ ਪਾਸ਼ਕ ਦੇ दैਵੀ ਗੁਣਾ ਨੂੰ ਜੇ ਤੈਨੂੰ ਲੱਗਦਾ ਵੀ ਔਗਣਾ ਨਾਲ ਤੇਰਾ ਗੁਜ਼ਾਰਾ ਤੇ ਔਗਣ ਕਰ ਰੱਖ ਲੈ ਜੇ ਤੈਨੂੰ ਪਤਾ ਵੀ ਗੁਣਾ ਤੋਂ ਬਿਨਾ ਜ਼ਿੰਦਗੀ ਵਿੱਚ ਖੁਸ਼ਹਾਲੀ ਜੀਵਨ ਵਿੱਚ ਨਹੀਂ ਆ ਸਕਦੀ ਤੇ ਗੁਣਾ ਨੂੰ ਮਨਾ ਕੇ ਰ ਅੱਛਾ ਇੱਕ ਚੀਜ਼ ਰੱਖ ਲੈ ਆਪਣੇ ਕਰ ਚ ਪੰਚਮ ਪੰਚਮ ਨਾਏ ਪੰਜ ਰਸਾਇ ਵਾਲੀ ਗੱਲ ਹੈ ਜਿਵੇਂ ਹੁਣ ਤੁਸੀਂ ਕਹੋ ਵੀ ਹਨੇਰਾ ਵੀ ਰਵੇ ਤੇ ਰੋਸ਼ਨੀ ਵੀ ਰਵੇ ਦੋ ਚੀਜ਼ਾਂ ਇਕੱਠੀਆਂ ਥੋੜਾ ਰਹਿ ਸਕਦੀਆਂ ਜਿੱਥੇ ਰੋਸ਼ਨੀ ਹੋਏਗੀ ਉਥੇ ਹਨੇਰਾ ਨਹੀਂ ਹੋਏਗਾ ਜਿੱਥੇ ਹਨੇਰਾ ਹੋਏਗਾ ਉਥੇ ਰੋਸ਼ਨੀ ਨਹੀਂ ਹੋਏਗੀ ਦੋਵਾਂ ਵਿੱਚੋਂ ਚੀਜ਼ ਇੱਕ ਹੀ ਰਹਿਣੀ ਹੈ ਜੇ ਆਪਾਂ ਦੋਵਾਂ ਨੂੰ ਬਰਾਬਰ ਰੱਖਣ ਦੀ ਕੋਸ਼ਿਸ਼ ਕਰਾਂ ਗੱਲ ਬਣੇਗੀ ਨਹੀਂ ਤੋ ਪਰਸ਼ਾ ਜੀ ਨੇ ਤਾਂ ਹੀ ਬਾਣੀ ਚ ਆਖਿਆ ਸੀ ਵਸਤੂ ਅੰਦਰ ਵਸਤੂ ਸਮਾਵੈ ਦੂਜੀ ਹੋਵੇ ਪਾਸ ਪੀ ਜੇ ਤੁਸੀਂ ਕਿਸੇ ਬਰਤਨ ਵਿੱਚ ਵਸਤੂ ਪਾਉਣੀ ਹੈ ਤੇ ਪਹਿਲੀ ਤੁਹਾਨੂੰ ਵਸਤੂ ਉਸ ਬਰਤਨ ਚੋ ਪਾਸੇ ਕਰਨੀ ਪੈਣੀ ਹੈ ਹੁਣ ਮੰਨ ਲੈ ਸਾਡਾ ਜਾਂ ਵੀ ਉਗਣਾ ਨਾਲ ਸਾਂਝ ਪਾਏਗਾ ਜਾਂ ਗੁਣਾ ਨਾਲ ਸਾਂਝ ਪਾਏਗਾ ਗੱਲ ਤੇ ਇੱਕ ਹੀ ਹੈ ਹੁਣ ਜੇ ਤੁਸੀਂ ਕੋਈ ਵੀ ਗੁਣਾ ਨਾਲ ਵੀ ਤੁਰਿਆ ਫਿਰੇ ਤੇ ਉਗਣਾ ਨਾਲ ਵੀ ਤੁਰਿਆ ਫਿਰੇ ਇਹ ਇਹਨੂੰ ਡਬਲ ਮੈਂਟਡ ਕਹਿੰਦੇ ਆ ਦੁਬਧਾ ਕਹਿੰਦੇ ਜਿਵੇਂ ਸੱਚ ਕਾਲ ਕੂੜ ਵਰਤਿਆ ਕੱਲ ਕਾਲਖ ਬੇਤਾਲ ਬੀਓ ਬੀਜ ਪਤ ਲੈ ਗਏ ਪਾਸ਼ ਕਹਿੰਦੇ ਅਬ ਕਿਉਂ ਉਗੂਆ ਦਾਲ ਹੁਣ ਚਨੇ ਦੇ ਦੋ ਟੋਟੇ ਕਰ ਦੋ ਦਾਲ ਬਣ ਗਈ ਸਾਬਤ ਚਣਾ ਹੋਏਗਾ ਤਾਂ ਫਿਰ ਉਗੇਗਾ ਪਰ ਜੇ ਤੁਸੀਂ ਚਨੇ ਦੇ ਦੋ ਟੋਟੇ ਹੁਣ ਦਾਲ ਥੋੜਾ ਉਗਦੀ ਮਹਾਰਾਜ ਕਹਿੰਦੇ ਚਣਾ ਹੀ ਉਗੇਗਾ ਨਾ ਸਾਬਤ ਬੀਜ ਹੀ ਉਗੇਗਾ ਜੇ ਤੁਸੀਂ ਹਿੱਸੇ ਦੋ ਕਰ ਦਿੱਤੇ ਇਦਾਂ ਮਨ ਡਵੈਲਪਮੈਂਟਡ ਹੋਇਆ ਅੱਧਾ ਉਗਣਾ ਵਾਲੇ ਬੰਨੇ ਤੁਰ ਫਿਰਦਾ ਹੈ ਅੱਧਾ ਗੁਣਾ ਵਾਲੇ ਬੰਨੇ ਤੁਰਿਆ ਫਿਰਦਾ ਪਾਸ਼ਾਖ ਦੇ ਇੱਕ ਬੰਨੇ ਹੋ ਜਾ ਕਦੀ ਕਦੀ ਲੱਗਦਾ ਵੀ ਇਹ ਗੱਲ ਗੁਰੂ ਪਾਸ਼ਾ ਜੀ ਦੇ ਅੰਦਰੂਨੀ ਤੌਰ ਤੇ ਵੀ ਬਾਹਰੀ ਤੌਰ ਤੇ ਵੀ ਗੱਲ ਟੁਕਦੀ ਜਿਵੇਂ ਭਾਈ ਮੰਜ ਗੁਰੂ ਸਾਹਿਬ ਦੇ ਕੋਲ ਆਇਆ ਸੀ ਕੋ ਮਮਲੀ ਇਨਸਾਨ ਨਹੀਂ ਸੀ ਉਹਨੂੰ ਗੁਰੂ ਸਾਹਿਬ ਨੇ ਸ਼ਬਦ ਇੰਨੇ ਵਰਤਿਆ ਸੀ ਵੀ ਵੀ ਸਿੱਖੀ ਉੱਤੇ ਸਿੱਖੀ ਨਹੀਂ ਟਿਕਦੀ। ਤੋਂ ਗੁਰੂ ਦਾ ਇਸ਼ਾਰਾ ਸਮਝ ਗਿਆ ਵੀ ਇੱਕ ਵੰਨੇ ਲੱਗਣਾ ਪੈਣਾ। ਤਾਂ ਕਿਹੜੀ ਕਮਾਲ ਦੀ ਗੱਲ ਹੈ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਸਿੱਖ ਨਹੀਂ ਸੀ ਭੇਜੇ ਭਾਈ ਮੰਝ ਦੇ ਘਰੋਂ ਕਬਰਸਤਾਨਾ ਉਹਦਾ ਪੀਰਖਾਨਾ ਸੀ ਢਾਉਣ ਵਾਸਤੇ। ਨਾ ਨਾ ਗੁਰੂ ਪਾਸ਼ਾ ਆਪ ਕਹੇ ਤੇ ਨਾ ਸੇਵਕ ਭੇਜਿਆ ਕੋਈ। ਨਾ ਇਸ ਇਤਿਹਾਸ ਗਵਾ ਹੈ। ਜਦੋਂ ਭਾਈ ਮੰਝ ਨੂੰ ਇਸ ਗੱਲ ਦੀ ਸਮਝ ਲੱਗੀ ਨਾ ਘਰ ਵਿੱਚ ਬਣੇ ਹੋਏ ਪੀਰਖਾਨੇ ਦੀ अहमियत ਹੀ ਕੋਈ ਨਹੀਂ ਰਹੀ ਜਦੋਂ ਅੰਦਰੋਂ ਤੁਹਾਡੇ ਵਿੱਚ ਵਿਚਾਰ ਚੇਂਜ ਹੋ ਜਾਣ ਫਿਰ ਜੇ ਘਰ ਵਿੱਚ ਮਾੜੀ ਮੋਟੀ ਜਗਾ ਵੀ ਹੋਵੇ ਨਾ ਬੰਦਾ ਉਹਦੀ ਪਰਵਾਹ ਨਹੀਂ ਕਰਦਾ ਤੇ ਜੇ ਅੰਦਰੋਂ ਤੁਹਾਡੇ ਉਹ ਸਦਕ ਨਹੀਂ ਵਜਾ ਸਬਰ ਨਹੀਂ ਆਇਆ ਸੰਤੋਖ ਨਹੀਂ ਆਇਆ ਜੇ ਏਕਤਾ ਦੇ ਉੱਤੇ ਵਿਸ਼ਵਾਸ ਨਹੀਂ ਆਇਆ ਤਾਂ ਫਿਰ ਬਾਹਰੀ ਤੌਰ ਤੇ ਜਿੰਨੇ ਮਰਜੀ ਬੰਦਾ ਉਤਲ ਫੁਤਲ ਕਰ ਲਵੇ ਫਿਰ ਟਿਕਾ ਨਹੀਂ ਜੀਵਨ ਦੇ ਵਿੱਚ ਆਉਂਦਾ ਤਾਂ ਉਹ ਜਿਹੜਾ ਅੰਦਰ ਦਾ ਕੜ ਹੈ ਨਾ ਅੰਦਰ ਦਾ ਪਖੰਡ ਹੈ ਉਹ ਸ਼ਬਦ ਤੋਂ ਬਿਨਾ ਟੁੱਟਣਾ ਨਹੀਂ ਨਾ ਉਹ ਗੁਰੂ ਦਾ ਸ਼ਬਦ ਏ ਫੂਟੋ ਆਂਡਾ ਭਰਮ ਕਾ ਉਹਦਾ ਆਂਡਾ ਬਣਿਆ ਪਿਆ ਨਾ ਭਰਮ ਦਾ ਹੁਣ ਜਿਵੇਂ ਆਂਡਾ ਕੱਚ ਹੁੰਦਾ ਹੈ ਆਂਡੇ ਵਿੱਚ ਪੰਛੀ ਦਾ ਬੱਚਾ ਹੁੰਦਾ ਹੈ ਉਹ ਤੁਸੀਂ ਵੇਖੋ ਵੀ ਜਦੋਂ ਤੱਕ ਉਹ ਪੰਛੀ ਦਾ ਬੱਚਾ ਆਂਡੇ ਚ ਹੈ ਉਹਦੀ ਦੁਨੀਆ ਉਹੋ ਹੀ ਹੈ ਜਦੋਂ ਆਂਡਾ ਟੁੱਟਦਾ ਹੈ ਨਾ ਉਹ ਫਿਰ ਪੰਛੀ ਦਾ ਬੱਚਾ ਅੱਖਾਂ ਖੋਲਦਾ ਹੈ ਅੱਜ ਹੋਰ ਕੱਲ ਹੋਰ ਪਰਸੋਂ ਹੋਰ ਉਡਾਰੀਆਂ ਮਾਰਦਾ ਕਦੀ ਕਿਸੇ ਟਾਣੀ ਤੇ ਕਦੀ ਕਿਸੇ ਟਾਣੀ ਤੇ ਉੜਦਾ ਫਿਰਦਾ ਆਜ਼ਾਦ ਆਜ਼ਾਦ ਹੋ ਗਿਆ ਇਥੇ ਸ਼ਬਦ ਵਰਤਿਆ ਗੁਰਦੇਵ ਨੇ ਕਹਿੰਦੇ ਫੂਟੋ ਆਂਡਾ ਭਰਮ ਕਾ ਮਨੇ ਭਇਓ ਪ੍ਰਗਾਸ ਮੰਨ ਲਓ ਵੀ ਮਨੁੱਖ ਇੱਕ ਜੀਵ ਐ ਪੰਛੀ ਦਾ ਬੱਚਾ ਐ ਤੇ ਇਥੇ ਆਂਡਾ ਕੀ ਐ ਭਰਮਾਂ ਦਾ ਭਰਮਾਂ ਦੇ ਆਂਡੇ ਚ ਪਿਆ ਉਹ ਤੋਂ ਬਾਅਦ ਉਹਨੂੰ ਦਿਸਦੇ ਕੁਝ ਨਹੀਂ ਤੇ ਜਦੋਂ ਇਹ ਭਰਮ ਦਾ ਆਂਡਾ ਭੱਜੇਗਾ ਪਾਵ ਜਿੰਦਗੀ ਚੋਂ ਭਰਮ ਭਟਕਣਾ ਖਤਮ ਹੋਏਗੀ ਇਹ ਆਜ਼ਾਦੀ ਦਾ ਨਿਗਮ ਮਾਣੇਗਾ ਇਹਨੂੰ ਬਾਹਰ ਦਾ ਪਤਾ ਲੱਗੇਗਾ ਜਾਨੀ ਕਿ ਇੰਜ ਕਹ ਲੋ ਵੀ ਕੂਪ ਭਰਿਓ ਜੈਸੇ ਦਾਦਰਾ ਬਖੂਪ ਰਿਆ ਡੱਡੂਆਂ ਦਾ ਉਹਦੇ ਉਹ ਤੋਂ ਬਿਨਾ ਉਹਦੀ ਦੁਨੀਆ ਜਿਵੇਂ ਸਾਡੇ ਅਸਲੀ ਮਹਾਪੁਰਖੇ ਨੇ ਕ੍ਰਾਂਤੀਕਾਰੀ ਮਹਾਪੁਰਸ਼ ਬਾਬਾ ਰਵਦਾਸ ਜੀ ਵਰਗੇ ਯੋਧੇ ਜਿਨ੍ਹਾਂ ਨੇ ਦੁਨੀਆ ਨੂੰ ਸਮਝਾਇਆ ਵੀ ਇੱਕ ਬੰਨੇ ਖੂਪ ਰਿਆ ਡੱਡੂਆਂ ਦਾ ਉਹਦੇ ਵਾਸਤੇ ਤੇ ਉਹੋ ਹੀ ਦੁਨੀਆ ਹੈ ਦੂਜੇ ਬੰਨੇ ਸਮੁੰਦਰ ਬਹੁਤ ਵੱਡੀ ਚੀਜ਼ ਹੈ ਹੁਣ ਇਹ ਫੈਸਲਾ ਅਸੀਂ ਕਰਨਾ ਹੈ ਕਿ ਅਸੀਂ ਆਪਣੇ ਮਨ ਨੂੰ ਕਿੱਥੇ ਲੈ ਕੇ ਜਾਣਾ ਹੈ ਕੂਪ ਭਰਿਓ ਜੈਸੇ ਦਾਦਰ ਕਸ਼ ਦੇਸ਼ ਵਿਦੇਸ਼ ਨਾ ਬੂਝ ਐਸੇ ਮੇਰਾ ਮਨ ਹੁਣ ਡੱਡੂਆਂ ਦੀ ਐਗਜ਼ੈਂਪਲ ਹੈ ਗੱਲ ਮੰਨ ਦੀ ਕੀਤੀ ਹੋਈ ਹੈ ਡੱਡੂ ਦੀ ਤੇ ਉਦਾਹਰਨ ਹੀ ਹੈ ਨਾ ਨਾ ਤੇ ਡੱਡੂਆਂ ਨੂੰ ਸਮਝਾਈ ਹੈ ਮਹਾਰਾਜ ਨੇ ਕਹਿੰਦੇ ਕੂਪ ਭਰਿਓ ਜੈਸੇ ਦਾਦਰਾ ਕਸ਼ ਦੇਸ਼ ਵਿਦੇਸ਼ ਨਾ ਬੂਝ ਐਸੇ ਮੇਰਾ ਮਨ ਵਿਖਿਆ ਬਿਮ ਹੋਇਆ ਏਦਾਂ ਸਾਡਾ ਮਨ ਵਿਖਿਆ ਵਿੱਚ ਫਸਿਆ ਪਿਆ ਹੈ ਯਾਰ ਨਾਲ ਇਕਮਿਕ ਹੋਇਆ ਪਿਆ ਕਸ਼ ਆਰਾ ਪਾਰ ਨਾ ਸੁਝ ਜਾਣੇ ਕਿ ਉਹਨੂੰ ਉਸ ਤੋਂ ਬਾਅਦ ਦਿਸਦੇ ਕੋਈ ਜਿਵੇਂ ਖੂ ਦਾ ਡੱਡੂ ਉਹਦੇ ਵਾਸਤੇ ਦੁਨੀਆ ਉਹੋ ਹੀ ਹੈ ਵਕਾਰਾਂ ਵਿੱਚ ਫਸੇ ਹੋਏ ਮਨੁੱਖੀ ਮਨ ਦੀ ਹਾਲਤ ਖੂਹ ਦੇ ਡੱਡੂਆਂ ਨਾਲੋਂ ਘੱਟ ਨਹੀਂ ਹੁੰਦੀ ਜਿਹੜਾ ਵਕਾਰੀ ਬੰਦਾ ਹੁੰਦਾ ਨਾ ਉਹਦਾ ਉੱਥੇ ਹੀ ਚੱਕਰ ਵਿੱਚ ਹੀ ਫਸਿਆ ਹੁੰਦਾ ਉਹ ਉੱਚੋਂ ਬਾਹਰ ਨਿਕਲ ਹੀ ਨਹੀਂ ਸਕਦਾ ਉਹਦੀ ਦੁਨੀਆ ਉਹੋ ਹੀ ਹੈ ਉਹਨੇ ਬਾਹਰ ਦੁਨੀਆ ਵੇਖੀ ਨਹੀਂ ਉਹਨੂੰ ਪਤਾ ਹੀ ਨਹੀਂ ਕਿ ਦੁਨੀਆ ਤੇ ਵਿੱਚ ਸਮਾਜ ਵਿੱਚ ਚੰਗਾ ਕੰਮ ਵੀ ਕਰਨਾ ਹੈ ਕੋਈ ਮੇਰਾ ਜਨਮ ਕਾਦੇ ਵਾਸਤੇ ਹੋਇਆ ਹੈ ਉਹ ਵਕਾਰਾਂ ਦੀ ਗੰਦਗੀ ਖਾਈ ਜਾਂਦਾ ਹੈ ਤਾਂ ਇੱਥੇ ਤਾਂ ਹੀ ਸਮਝਾਉਂਦੇ ਨੇ ਚਿੱਤ ਚੇਤਸ ਕੀ ਨਹੀਂ ਹੇ ਮਾਨੋ ਤੂੰ ਚੇਤੇ ਕਿਉਂ ਨਹੀਂ ਕਰਦਾ ਹਰ ਬਿਸਰਤ ਤੇਰੇ ਗੁਣ ਗਲਿਆ ਤੂੰ ਮਾਲਕ ਨਾਲੋਂ ਲਿੰਕ ਤੋੜ ਲਿਆ ਤੇ ਤੇਰੇ ਗੁਣ ਗਲ ਗਏ ਹੁਣ ਗਲੇ ਕਿਦਾਂ ਹੁਣ ਇੱਕ ਚੀਜ਼ ਦਾ ਧਿਆਨ ਰੱਖਿਓ ਸਾਧ ਸੰਗਤ ਜੀ ਦੁਨਿਆਵੀ ਧਨ ਦੌਲਤ ਜਿੰਨੀ ਵਰਤੀਏ ਤੇ ਓਨੀ ਘਟਦੀ ਹੈ ਇਹ ਔਗਣਾ ਦੀ ਤੇ ਜਿਹੜੀ ਦੇਵੀ ਗੁਣਾ ਦੀ ਜਾਇਦਾਦ ਹੈ ਨਾ ਜਿੰਨੀ ਵਰਤੀ ਓਨੀ ਵਾਦੀ ਹੈ ਮਰਜ਼ਾ ਮਰਜ਼ੀ ਆਪਣੀ ਹੈ ਵੀ ਆਪਾਂ ਉਹ ਚੁੱਕੀ ਹੁਣ ਜਿਵੇਂ ਮੰਨ ਲਓ ਇੱਕ ਐਗਜ਼ਾਮਪਲ ਵੀ ਬੰਦੇ ਨੇ ਇੱਕ ਵਾਰ ਲਾਲਚ ਕੀਤਾ ਮੰਨ ਲਓ ਇੱਕ ਵਾਰ ਬੰਦਾ ਲਾਲਚ ਕਰ ਗਿਆ ਦੂਜੀ ਵਾਰ ਲਾਲਚ ਘਟਣਾ ਨਹੀਂ ਐ ਲਾਲਚ ਵਧਣਾ ਐ ਇਹ ਕੁਦਰਤੀ ਗੱਲ ਐ ਇਹ ਇਹ ਕਚਾਤਾ ਨੇ ਕੱਚੀ ਦੌਲਤ ਐ ਵਧਣੀ ਇੱਕ ਵਾਰੀ ਬੰਦਾ ਲਾਲਚ ਕਰ ਗਿਆ ਅਗਲੀ ਵਾਰੀ ਲਾਲਚ ਘਟਣਾ ਨਹੀਂ ਐ ਲਾਲਚ ਵਧੇਗਾ ਇਦਾਂ ਹੀ ਜਿਹੜਾ ਸਬਰ ਸੰਤੋਖ ਐ ਜੇ ਇੱਕ ਵਾਰ ਸਬਰ ਸੰਤੋਖ ਕਰ ਗਿਆ ਤੇ ਅਗਲੀ ਵਾਰ ਸਬਰ ਸੰਤੋਖ ਵਧੇਗਾ ਘਟੇਗਾ ਨਹੀਂ ਦੇਵੀ ਗੁਣਾ ਦੀ ਦੌਲਤ ਵੀ ਜਿੰਨੀ ਵਰਤੇਗਾ ਉੰਨੀ ਵਧੇਗਾ ਔਗਣਾ ਦੀ ਵੀ ਜਿੰਨੀ ਦੌਲਤ ਬੰਦਾ ਖਰਚੇਗਾ ਉੰਨੀ ਵਧੇਗੀ ਇਹ ਫੈਸਲਾ ਬੰਦੇ ਨੇ ਕਰਨਾ ਵੀ ਕਿਹੜੀ ਦੌਲਤ ਆਪਣੀ ਜ਼ਿੰਦਗੀ ਵਿੱਚ ਮੈਂ ਵਧਾਉਣੀ ਐ ਗੁਣਾ ਦੀ ਦੌਲਤ ਵਧਾਉਣੀ ਹੈ ਕਿ ਔਗਣਾਂ ਦੀ ਦੌਲਤ ਵਧਾਉਣੀ ਹੈ ਤੁਸੀਂ ਸੰਸਾਰ 'ਚ ਵੇਖੋ ਬੰਦੇ 'ਚ ਆਪਣੇ ਪਰਿਵਾਰ ਦੇ ਕਿਸੇ ਜੀ ਦੇ ਵਿੱਚ ਹੀ ਔਗਣ ਹੋਣ ਤੇ ਆਪਾਂ ਨੂੰ ਉਹਦੇ ਨਾਲ ਰਹਿਣਾ ਔਖਾ ਹੁੰਦਾ ਸਾਡੇ ਵਾਸਤੇ ਪਰ ਜੇ ਗੁਣ ਹੋਣ ਤੇ ਫਿਰ ਪਦਾਰਥ ਭਾਵੇਂ ਘੱਟ ਹੋਣ ਤੇ ਭਾਵੇਂ ਵੱਧ ਹੋਣ ਇਹ ਮਹਤਵਪੂਰਨ ਨਹੀਂ ਹੁੰਦੀ ਗੱਲ ਤੁਹਾਡੇ ਜੀਵਨ ਦੇ ਵਿੱਚ ਗੁਣਾ ਤੇ ਔਗਣਾ ਤੇ ਗੱਲਾਂ ਅਨਕਿਟਕਦੀ ਵੀ ਜ਼ਿੰਦਗੀ 'ਚ ਗੁਣ ਕਿੰਨੇ ਕਦੇ ਤੇ ਇਹੋ ਖੂਬਸੂਰਤੀ ਪਾਦਸ਼ਾਹ ਨੇ ਬਾਣੀ ਵਿੱਚ ਬਖਸ਼ਿਸ਼ ਕੀਤੀ ਹੈ ਤਾਂ ਇਤੇ ਡਾ ਵੱਡਾ ਸਾਗਰ ਮਹਾਨ ਸਤਿਗੁਰ ਦੀ ਬਾਣੀ ਸਾਨੂੰ ਦਿੱਤੀ ਬੰਦਿਆ ਪੜ ਸਮਝ ਵਿਚਾਰ ਤੇ ਆਪਣੀ ਜ਼ਿੰਦਗੀ ਵਿੱਚ ਇਹਨਾਂ ਗੁਰੂ ਦੇ ਸ਼ਬਦਾਂ ਨੂੰ ਰੋਜ਼ ਮਰਾਂ ਦੀ ਜ਼ਿੰਦਗੀ ਵਿੱਚ ਆਪਣੀ ਪ੍ਰੈਕਟਿਸ ਕਰ ਅਭਿਆਸ ਜਿਹੜਾ ਰੋਜ਼ ਅਸੀਂ ਸਤਿਗੁਰ ਦੀ ਬਾਣੀ ਨੂੰ ਪੜਨਾ ਹੈ ਵਿਚਾਰਨਾ ਹੈ ਗੁਰੂ ਦੇ ਸਿਧਾਂਤ ਨੂੰ ਸਮਝਣ ਦਾ ਯਤਨ ਕਰਨਾ ਜ਼ਿੰਦਗੀ ਵਿੱਚ ਤਬਦੀਲੀ ਆਏਗੀ ਬਨੁਖ ਦੀ ਰੋਜ਼ ਆਪਣੀ ਜ਼ਿੰਦਗੀ ਨੂੰ ਜਿਵੇਂ ਅਸੀਂ ਗੁਰੂ ਗ੍ਰੰਥ ਸਾਹਿਬ ਚੋਂ ਪੜਦੇ ਕਾਮ ਕਰੋ ਦੋਇ ਕਰੋ ਬਸੋਲੇ ਗੋਡੋ ਧਰਤੀ ਪਾਈ ਜਿਵੇਂ ਕਿਸਾਨ ਰੰਬਾ ਲੈ ਕੇ ਫਸਲ ਨੂੰ ਫਸਲ ਦੇ ਲਾਗੇ ਲੈ ਤੁਸੀਂ ਮੱਕੀ ਬੀਜਦੀ ਸੀ ਆਪਾਂ ਪਹਿਲਾਂ ਹੁਣ ਤਾਂ ਸਪਰੇਆ ਆ ਗਈਆਂ ਪਹਿਲਾਂ ਜਿਹੜੀ ਆਮ ਜਦੋਂ ਮੱਕੀ ਬੀਜਣੀ ਤੇ ਲਾਗੇ ਗੋਡੀ ਕਰਨੀ ਉਹ ਤੋਂ ਕੌਣ ਸਪਰੇਆ ਕਰਦਾ ਸੀ ਤੇ ਕਿਸਾਨ ਕੀ ਕਰਦਾ ਸੀ ਰੰਬਾ ਲੈ ਕੇ ਘਾਹ ਨੂੰ ਨਾ ਜੜ੍ਹਾਂ ਪੁੱਟਣਾ ਤੇ ਜੇ ਕਿਤੇ ਮੱਕੀ ਦੇ ਟਾਣਡੇ ਲਾਗੇ ਉਹ ਮਿੱਟੀ ਮਾੜੀ ਮੋਢ ਲੈ ਜਾਣੀ ਤੇ ਹੋਰ ਲਾ ਦੇਣੀ ਵੀ ਕਿਤੇ ਟਾਡਾ ਡਿੱਗਣਾ ਪਵੇ ਜਿਹੜੀ ਫਸਲ ਉਹਦੀਆਂ ਜੜ੍ਹਾਂ ਜੇ ਨੰਗੀਆਂ ਹੋਣੀਆਂ ਤੇ ਮਿੱਟੀ ਨਾਲ ਲਾ ਦੇਣੀ ਅਛਾ ਜਦੋਂ ਤੇ ਕਹਾ ਦੀ ਗੱਲ ਹੋਣੀ ਗੁੱਸੇ ਨਾਲ ਪਟਣਾ ਵੀ ਕਿਤੇ ਦੀ ਜੜ ਮਾੜੀ ਮੋਟੀ ਥੱਲੇ ਰਹਿ ਨਾ ਜਾਏ ਜਦੋਂ ਫਸਲ ਆਗੇ ਰੰਬਾ ਖੜਨਾ ਉਦੋਂ ਮਾੜਾ ਜਾਂ ਵੀ ਕਿਤੇ ਗੁੱਸੇ ਚ ਮੁਕਈ ਦਾ ਟਾਂਡਾ ਹੀ ਨਾ ਵੜਿਆ ਜਾਏ ਹੁਣ ਸ਼ਬਦ ਵਰਤੇ ਕਾਮ ਕਰੋਧ ਦੁਇ ਕਰੋ ਬਸੋਲੇ ਇਹਨਾਂ ਉਗਣਾਂ ਨੂੰ ਰੰਬੇ ਦੇ ਹਵਾਲੇ ਕਰ ਦਿਓ ਤੇ ਗੋਡੋ ਧਰਤੀ ਪਾਈ ਆਪਣੀ ਹਿਰਦੇ ਦੀ ਧਰਤੀ ਨੂੰ ਗੋਡੋ ਇਹਦੇ ਨਾਲ ਜਿਉਂ ਗੋਡੋ ਤਿਉਂ ਤੂੰ ਸੁਖ ਪਾਵੋ ਜੋ-ਜੋ ਗੋਡੀ ਕਰੀ ਜਾਓਗੇ ਤਿਉ ਤਿਉ ਆਤਮਿਕ ਜੀਵਨ ਸੁਖੀ ਹੁੰਦਾ ਜਾਏਗਾ ਤੇ ਕਿਰਤ ਨਾ ਮਿਟਿਆ ਜੇ ਤੁਹਾਡੀ ਕਿਰਤ ਖਤਮ ਨਹੀਂ ਹੋਏਗੀ ਜਿਵੇਂ ਦੁਨਿਆਵੀ ਕਿਸਾਨ ਮਿਹਨਤ ਕਰੇ ਤੇ ਉਹਦੀ ਮਿਹਨਤ ਧਰਤੀ ਵਾਪਸ ਦਿੰਦੀ ਉਹਨੂੰ ਤੁਸੀਂ ਕਿਸੇ ਬਿਜ਼ਨਸ ਤੇ ਵੀ ਮਿਹਨਤ ਕੀਤੀ ਹੋਵੇ ਤੇ ਤੁਹਾਡਾ ਜਿਹੜੇ ਬੱਚੇ ਅਫਸਰ ਬਣਦੇ ਆ ਜੋ ਮਿਹਨਤ ਕਰਦੇ ਆ ਅੱਧੀ ਦੀ ਰਾਤ ਉੱਠ ਕੇ ਪੜ੍ਹਦੇ ਆ ਤੇ ਕੀਤੀ ਮਿਹਨਤ ਉਹਨਾਂ ਨੂੰ ਵਾਪਸ ਵੀ ਮਿਲਦੀ ਆ ਜੇ ਦੁਨਿਆਵੀ ਤੌਰ ਤੇ ਕਿਸੇ ਨੇ ਆਪਣੇ ਬਿਜ਼ਨਸ ਤੇ ਮਿਹਨਤ ਕੀਤੀ ਤੇ ਬਿਜ਼ਨਸ ਉਹਨੂੰ ਵਾਪਸ ਮਿਹਨਤ ਮੋੜ ਕੇ ਦਿੰਦਾ ਤੇ ਤੂੰ ਭਾਈ ਜੇ ਮੇਰੇ ਤੇ ਟਾਈਮ ਲਾਇਆ ਤੇ ਮੈਂ ਤੇਰਾ ਘਰ ਪੂਰਾ ਕਰਾਂਗਾ ਤੇ ਕਿਸਾਨ ਨੇ ਜੇ ਧਰਤੀ ਵਾਸਤੇ ਮਿਹਨਤ ਕੀਤੀ ਫਸਲ ਵਾਸਤੇ ਮਿਹਨਤ ਕੀਤੀ ਤੇ ਕਿਸਾਨ ਦੇ ਘਰ ਵੀ ਖੁਸ਼ਹਾਲੀ ਆਏਗੀ ਤੇ ਗੁਰੂ ਸਾਹਿਬ ਕਹਿੰਦੇ ਜੇ ਬੰਦੇ ਆਪਣੇ ਜੀਵਨ ਤੇ ਮਿਹਨਤ ਕਰੇਗਾ ਤੇ ਜੀਵਨ ਦੇ ਵਿੱਚ ਖੁਸ਼ਹਾਲੀ ਕਿਉਂ ਨਹੀਂ ਆਏਗੀ ਭਲਾ ਤੂੰ ਆਪਣੇ ਜੀਵਨ ਤੇ ਅੱਛਾ ਦੁਨਿਆਵੀ ਧਨ ਦੌਲਤ ਵਾਸਤੇ ਬੰਦਾ ਜਿੰਨੀ ਮਿਹਨਤ ਕਰਦਾ ਪ੍ਰਾਪਤ ਕਰ ਲੈਂਦਾ ਅੰਦਰੂਨੀ ਤੌਰ ਤੇ ਬੰਦੇ ਨੇ ਦੇਵੀ ਗੁਣਾ ਵਾਸਤੇ ਕਿੰਨੀ ਕਿ ਮਿਹਨਤ ਕੀਤੀ ਭਲਾ ਜੇ ਬੰਦੇ ਨੂੰ ਪੁੱਛਿਆ ਜਾਵੇ ਕਿ ਤੂੰ ਕਿੰਨੀ ਕਿ ਮਿਹਨਤ ਕਰਦਾ ਵੀ ਜ਼ਿੰਦਗੀ ਚੰਗਾ ਬਣਨ ਵਾਸਤੇ ਆਪਣਾ ਵਿਹਾਰ ਕਦਿਆ ਵਧੀਆ ਕਰਨ ਵਾਸਤੇ ਕਿੰਨੀ ਕਿ ਮਿਹਨਤ ਕਰਦਾ ਕਿੰਨੀ ਕਿ ਤੇਰੀ ਪ੍ਰੈਕਟਿਸ ਆ ਕਿੰਨਾ ਕੁ ਤੂੰ ਇਹਦੇ ਉੱਤੇ ਪਹਿਰਾ ਦਿੰਦਾ ਵੀ ਮੈਂ ਆਪਣੇ ਜੀਵਨ ਦੇ ਉੱਤੇ ਆਪ ਧਿਆਨ ਦੇ ਕੇ ਵੇਖਾਂ ਤੇ ਗੁਰੂ ਪਾਸ਼ਾ ਜੀ ਬਹੁਤ ਪਿਆਰੀ ਗੱਲ ਕਰਦੇ ਵੀ ਚਿੱਤ ਚੇਤ ਸਕੀਨ ਨਹੀਂ ਬਾਵਰਿਆ ਹਰ ਬਿਸਰਤ ਤੇਰੇ ਗੁਣ ਗਲਿਆ ਅੱਛਾ ਮਾਲਕ ਭੁੱਲ ਗਿਆ ਤੇ ਹੋਇਆ ਕਿ ਜਾਲੀ ਰੈਣ ਅੱਛਾ ਉਦਾਂ ਰਾਤ ਜਿਹੜੀ ਜਾਲ ਨਹੀਂ ਬਣਦੀ ਲੋਕ ਬੜੇ ਨੇ ਜਿਹੜੇ ਰਾਤ ਆਪਣੇ ਪਰਿਵਾਰ ਸੌਂਦੇ ਨੇ ਚੰਗੇ ਕੰਮ ਕਰਦੇ ਨੇ ਮਿਹਨਤ ਕਰਦੇ ਇਹ ਜਾਲ ਕਿਹਦੇ ਵਾਸਤੇ ਰਾਤ ਬਣੀ ਪਲਾ ਜਿਹੜਾ ਗੁਨਾ ਦੀ ਗੋਲ ਝੋਟ ਕੇ ਤੇ ਅਉਗਣਾ ਦੀ ਝੋਲੀ ਜਾ ਕੇ ਪੈ ਗਿਆ ਜਾਲ ਉਹਦੇ ਵਾਸਤੇ ਰਾਤ ਬਣੀ ਸਾਰਿਆਂ ਵਾਸਤੇ ਰਾਤਾਂ ਜਾਲਾ ਥੋੜਾ ਜਾਲ ਥੋੜਾ ਬਣਦੀਆਂ ਬੜੇ ਲੋਕ ਨੇ ਜਿਹੜੇ ਬਿਜ਼ਨਸ ਵੀ ਕਰਦੇ ਆ ਨੌਕਰੀਆਂ ਕਰਦੇ ਆ ਮਿਹਨਤ ਕਰਦੇ ਆ ਪਰ ਵੀ ਵਿਚਾਰੀ ਵਾਸਤੇ ਇੰਜ ਕਹਿ ਲੋ ਵੀ ਵਕਾਰੀ ਬੰਦੇ ਵਾਸਤੇ ਰਾਤ ਜਾਲ ਬਣ ਜਾਂਦੀ ਹੈ। ਜਾਲ ਕੀ ਹੁੰਦਾ ਆਪਣਾ ਜਿਹਦੇ ਚ ਪੰਛੀ ਨੂੰ ਫਸਾਇਆ ਜਾਂਦਾ ਹੈ। ਅੱਛਾ ਜਾਲ ਵੇਖੋ ਕਿੰਡੀ ਵੱਡੀ ਚੀਜ਼ ਹੈ। ਜਿਹੜਾ ਪੰਛੀ ਹੁੰਦਾ ਨਾ ਜਾਲ ਚ ਖੋਜ ਫਸਦਾ ਹੈ। ਜਾਲ ਮਗਰ ਮਗਰ ਤੁਸੀਂ ਵੇਖੋ ਜਦੋਂ ਨਿੱਕੇ ਹੁੰਦੇ ਸੀ ਜਦੋਂ ਬੱਚਿਆ ਬੱਚਿਆ ਨਿੱਕੇ ਨਿੱਕੇ ਖੇਡਾਂ ਖੇਡਦੇ ਸੀ। ਤੁਸੀਂ ਵੇਖਿਆ ਹੋਣਾ ਵੀ ਉਹ ਇੱਕ ਟੋਕਰੀ ਲੈਣੀ, ਉਹਦੇ ਥੱਲੇ ਡੰਡਾ ਢਾ ਲੈਣਾ। ਉਹਨੂੰ ਰੱਸੀ ਬੰਨਣੀ ਤੇ ਦੂਰ ਜਾ ਕੇ ਬਹਿ ਜਾਣਾ। ਤੇ ਥੱਲੇ ਲਾ ਕੇ ਟੋਕਰੀ ਦੇ ਇਹਦਾ ਨਿੱਕੇ ਨਿੱਕੇ ਰੋਟੀਆਂ ਦੇ ਟੁਕੜੇ ਖਿਲਾਰ ਦੇਣੇ। ਭਾਵੇਂ ਬੱਚਿਆਂ ਨੇ ਉਸ ਪੰਛੀ ਨੂੰ ਕਹਿਣਾ ਕੁਝ ਨਹੀਂ ਆ ਪਰ ਖੇਡਾਂ ਸੀ ਉਹਨਾਂ ਦੀਆਂ 10 ਮਿੰਟ ਜਦੋਂ ਪੰਛੀਆਂ ਨੇ ਆਣ ਕੇ ਉਹਨਗੇ ਨੇ ਕਿ ਰੋਟੀਆਂ ਦੇ ਟੁਕੜੇ ਜਾਂ ਕਣਕ ਦੇ ਦਾਣੇ ਚੁਗਦੇ ਹੋਣਾ ਉਹਨਾਂ ਜੋਰ ਨਾਲ ਇਦਾਂ ਰੱਸੀ ਖਿੱਚਣੀ ਤੇ ਉਹ ਡੰਡਾ ਥੱਲੇੋਂ ਨਿਕਲ ਜਾਣਾ ਤੇ ਟੋਕਰਾ ਆਣ ਕੇ ਤੇ ਉਹਨਾਂ ਪੰਛੀਆਂ ਦੇ ਉੱਤੇ ਡਿੱਗ ਪੈਣਾ ਜਾਂ ਕਈ ਵਾਰੀ ਜਾਲ ਵੀ ਪੰਛੀਆਂ ਦੇ ਉੱਪਰ ਬੱਚੇ ਪਾ ਦਿੰਦੇ ਸੀ ਬਾਅਦ ਵਿੱਚ ਭਾਵੇਂ 10 ਮਿੰਟ ਖੇਡ ਕੇ ਪੰਛੀਆਂ ਨੂੰ ਛੱਡ ਦੇਣਾ ਗੱਲ ਪੰਛੀਆਂ ਦੀ ਨਹੀਂ ਇੱਥੇ ਹੋ ਰਹੀ ਬੱਚੇ ਤੇ ਖੇਡ ਕੇ 10 ਮਿੰਟਾਂ ਨੂੰ ਛੱਡ ਦਿੰਗੇ ਇਥੇ ਪੰਛੀ ਕੌਣ ਹੈ ਇਹ ਜੀਵ ਇਹਦਾ ਮਨ ਇਥੇ ਜਾਲ ਕੀ ਆ ਇਥੇ ਜਾਲ ਹੈ ਮਨੁੱਖ ਵਾਸਤੇ ਰਾਤ ਦਿਨ ਕੱਲਾ ਰਾਤ ਦਿਨ ਹੀ ਨਹੀਂ ਦਿਨ ਤੇ ਰਾਤ ਜਿਹੜੀਆਂ ਘੜੀਆਂ ਆਈਆਂ ਸਕਿੰਟ ਆਏ ਮਿੰਟ ਆਏ ਤੁਸੀਂ ਵੇਖਣਾ ਕਈ ਵਾਰੀ ਬੰਦਾ ਫਸਣ ਲੱਗਦਾ ਤੇ 1 ਮਿੰਟ ਚ ਹੀ ਫਸ ਜਾਂਦਾ ਹੁਣ ਘਰ ਹੁਣ ਜਿਹੜਾ ਬੰਦਾ ਕੋਈ ਪੁੱਠੇ ਕੰਮ ਕਰਦਾ ਉਹ ਡਰ ਵੀ ਕਰਦਾ ਡਰ ਵੀ ਤੇ ਤੁਹਾਡੇ ਗਲਤ ਕੰਮਾਂ ਚੋਂ ਪੈਦਾ ਹੁੰਦਾ ਨਾ ਜਦੋਂ ਮਨੋ ਗਲਤ ਕੰਮ ਕਰਦਾ ਤੇ ਆਪਣੇ ਵਿਛਾਏ ਜਾਲ ਚ ਆਪ ਹੀ ਫਸ ਜਾਂਦਾ ਪਾਸ਼ਾ ਦੇ ਜਾਲੀ ਰਹਿਣ ਜਾਲ ਦੇਨੂਆ ਰਾਤ ਵੀ ਜਾਲ ਬਣ ਗਿਆ ਉਹਦੇ ਵਾਸਤੇ ਦਿਨ ਵੀ ਜਾਲ ਬਣ ਗਿਆ ਤੇ ਜੇਤੀ ਘੜੀ ਫਾਹੀ ਤੇਤੀ ਉਹ ਦਿਨ ਤੇ ਰਾਤ ਵਿੱਚ ਜਿੰਨੀਆਂ ਅਗੇ ਘੜੀਆਂ ਹੋਈਆਂ ਜਿੰਨੇ ਸਕਿੰਟ ਹੋਏ ਜਿੰਨੇ ਮਿੰਟ ਹੋਏ ਹੁਣ ਤੁਸੀਂ ਵੇਖੋ ਆਪਾਂ ਆਮ ਹੀ ਕਹਿੰਨੇ ਵੀ ਜਿਹੜੀ ਬਾਣੀ ਆ ਨਾ ਸਾਰੀ ਬਾਣੀ ਚ ਰੱਬ ਦੀ ਗੱਲ ਹੈ ਤਿਆ ਤੇ ਮਨੁੱਖ ਨੂੰ ਸਮਝਾ ਰਹੇ ਮਾਰੇ ਇਹਦਾ ਮਤਲਬ ਮਨੁੱਖ ਨੂੰ ਸਮਝਾਉਣਾ ਗੁਣਾ ਮੁਤਾਬਕ ਜੀਵਨ ਜਿਊਣੀ ਇਹ ਵੀ ਰੱਬ ਦੀ ਇਬਾਦਤ ਹੈ ਪਿਆਰਿਓ ਇਹ ਵੀ ਰੱਬ ਦੀ ਬੰਦਗੀ ਆ ਹੁਣ ਆ ਸ਼ਬਦ ਨੂੰ ਤੁਸੀਂ ਧਿਆਨ ਨਾਲ ਪੜ ਕੇ ਵੇਖੋ ਸਾਰੀ ਤੇ ਮਨੁੱਖ ਨੂੰ ਸਮਝਾਇਆ ਗਿਆ ਬਿਅਉਗਣਾਂ ਨੂੰ ਛੱਡ ਦੇ ਗੁਣਾਂ ਨੂੰ ਗ੍ਰਹਿਣ ਕਰ ਲੈ ਨਹੀਂ ਤੇ ਤੇਰੇ ਵਾਸਤੇ ਰਾਤ ਤੇ ਦਿਨ ਵੀ ਜਾਲ ਬਣ ਜਾਏਗੀ ਹੁਣ ਤੁਹਾਡੇ ਸਾਹਮਣੇ ਸਕਰੀਨ ਤੇ ਸ਼ਬਦ ਹੈ ਤੁਸੀਂ ਨਾਲ-ਨਾਲ ਵੇਖੀ ਜਾਓ ਪਾਸ਼ਕੰਦੇ ਜਾੜੀ ਰਹਿਣ ਜਾਲ ਦੇ ਨੂੰ ਦਿਨ ਤੇ ਰਾਤ ਜਾਲ ਕਿੰਨਾ ਵਾਸਤੇ ਬਣਦੇ ਆ ਜਿਹੜੇ ਗੁਨਾ ਨੂੰ ਬਿਦਾਵਾ ਦੇਖ ਕੇ ਤੇ ਉਹਨਾਂ ਦੀ ਝੋਲੀ ਜਾ ਕੇ ਪੈ ਜਾਂਦੇ ਜਿਹੜੇ ਨਹੀਂ ਪੈਂਦੇ ਉਹਨਾਂ ਵਾਸਤੇ ਤੇ ਗੁਰਸਾਥ ਗੁਰਸਤ ਗੁਰ ਕਾ ਜੋ ਸਿੱਖ ਖਾਇ ਸੋ ਭੜ ਕੇ ਉਠਾ ਨਾਮ ਤੇ ਆਵੇ ਉਦਮ ਕਰੇ ਭੜ ਕੇ ਪ੍ਰਭਾਤੀ ਇਸ਼ਨਾਨ ਕਰੇ ਅਮਰਸਰ ਨਾਵੇ ਉਹ ਤੇ ਉੱਠਦੇ ਆ ਬੈਠਦੇ ਆ ਉਠ ਤੋਂ ਬੈਠ ਤੋਂ ਸੋਵਤ ਤੇ ਆਈ ਹੈ ਮਾਰਗ ਚਲਤ ਹਰੇ ਹਰ ਗਈ ਗਏ ਇਹ ਹੁਣ ਮਰਜ਼ੀ ਤੇਰੀ ਹੈ ਕਿ ਤੂੰ ਆਪਣੀ ਰਾਤ ਤੇ ਦਿਨ ਨੂੰ ਜਾਲ ਬਣਾਉਣਾ ਇਹ ਤੇਰੀ ਮਰਜ਼ੀ ਹੈ ਵੀ ਦਿਨ ਰਾਤ ਤੂੰ ਸਫਲ ਕਰਨਾ ਹੈ ਇਹ ਮਰਜ਼ੀ ਤੇਰੀ ਹੈ ਇਹ ਤੇਰੇ ਤੇ ਡਿਪੈਂਡ ਕਰਦਾ ਇੰਜ ਸਮਝੋ ਵੀ ਸੰਸਾਰ ਇੱਕ ਪੌਦਾ ਹੈ ਦਰਖਤ ਹੈ ਤੇ ਜੀਵ ਉਸ ਦਰਖਤ ਦੇ ਥੱਲੇ ਖਲੋਤਾ ਹੋਇਆ ਹੈ ਇਹਨੂੰ ਦੋ ਕਿਸਮ ਦੇ ਫਲ ਲੱਗੇ ਮਹਾਰਾਜ ਕਹਿੰਦੇ ਬਖ ਅੰਮ੍ਰਿਤ ਕਰਤਾਰ ਉਪਾਏ ਸੰਸਾਰ ਬ੍ਰਖ ਕੋ ਦੋਇ ਫਲ ਲਾਇ ਸੰਸਾਰ ਦਰਖਤ ਨੂੰ ਦੋ ਫਲ ਲੱਗੇ ਨੇ ਯਹਿਰ ਦਾ ਤੇ ਅਮਰ ਦਾ ਮਰਜ਼ੀ ਤੇਰੀ ਇਹਨਾਂ ਵਿੱਚੋਂ ਕਿਹੜਾ ਖਾਣਾ ਹੈ ਤੇਰੀ ਆਪਣੀ ਮਰਜ਼ੀ ਹੈ ਅਛਾ ਫਲ ਤੋੜਨ ਤੋਂ ਪਹਿਲਾਂ ਤੇਰੀ ਆਪਣੀ ਮਰਜ਼ੀ ਹੈ ਫਲ ਤੋੜਨ ਤੋਂ ਬਾਅਦ ਤੇਰੀ ਆਪਣੀ ਮਰਜ਼ੀ ਖਤਮ ਹੋ ਗਈ ਹੈ ਇੰਜ ਕਹ ਲੋ ਵੀ ਕਰਮ ਕਰਨ ਤੋਂ ਪਹਿਲਾਂ ਸਾਡੀ ਮਰਜ਼ੀ ਆ ਪਰ ਕਰਮ ਕਰਨ ਤੋਂ ਬਾਅਦ ਸਾਡੀ ਆਜ਼ਾਦੀ ਖਤਮ ਹੋ ਗਈ ਹੁਣ ਜਿਹੜੀ ਕਰਮ ਜਿਹੜੇ ਕਰਮ ਕੀਤੇ ਆ ਨਾ ਉਹਦੇ ਤੇ ਰਿਜ਼ਲਟ ਆਉਣਾ ਹੈ ਤਾਂ ਹੀ ਤਾਂ ਸਤਿਗੁਰੂ ਨੇ ਆਖਿਆ ਸੀ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ ਕਰਮ ਕਰਨ ਲੱਗਿਆਂ ਧਿਆਨ ਰੱਖੀਆ ਆਪਣੇ ਤੇ ਸਾਰੀ ਗੱਲ ਹੀ ਐਡੀ ਵੱਡੀ ਕਰਮ ਫਲਸਫੀ ਤੇ ਜਿੱਡੀ ਵੱਡੀ ਵਿੱਚ ਆਪਾਂ 12 ਮਾਹ ਦੀ ਬਾਣੀ ਪੜਦੇ ਆਂ ਪਛਦ ਕਿਰਤ ਕਰਮ ਕੇ ਵਿਛੜੇ ਇਹ ਨਹੀਂ ਕਿ ਆ ਵੀ ਤੈਨੂੰ ਰੱਬ ਨੇ ਵਿਛੋੜਿਆ ਕਹਿੰਦੇ ਮੈਂ ਆਪਣੇ ਕੀਤੇ ਕੰਮਾ ਕਰਕੇ ਤੁਹਾਡੇ ਤੋਂ ਲਿੰਕ ਟੁੱਟਾ ਮੇਰਾ ਕਿਰਤ ਕਰਮ ਕੇ ਵਿਛੜੇ ਤੇ ਅੱਗੇ ਕੀ ਆਖਿਆ ਭਲਾ ਕਰ ਕਿਰਪਾ ਮੇਲੋ ਰਾਮਾ ਜੀ ਮੈਂ ਆਪਣੇ ਕੀਤੇ ਕੰਮਾ ਕਰਕੇ ਤੁਹਾਡੇ ਤੋਂ ਵਿਛੜ ਚੁਕਾ ਹਾਂ ਹੁਣ ਮਿਹਰ ਕਰੋ ਮੇਰੇ ਜੀ ਗੁਣ ਪੈਦਾ ਹੋ ਜਾਣ ਤੇ ਮੈਂ ਤੁਹਾਡੀ ਸਿੱਖਿਆ ਮੁਤਾਬਕ ਫਿਰ ਕਿਤੇ ਮਿਲਣ ਜਾਊਗਾ ਹੋ ਸਕਾਂ ਇਹ ਨਹੀਂ ਆਖਿਆ ਰੱਬ ਨੇ ਭਲਾਇਆ ਸਾਨੂੰ ਮਾਰਕ ਬੰਦੇ ਨੂੰ ਆਪਣੇ ਨਾਲੋਂ ਪਾਸੇ ਕਰਦਾ ਨਹੀਂ ਬੰਦਾ ਆਪਣੇ ਕੰਮਾਂ ਕਰਕੇ ਪਾਸੇ ਜਾਂਦਾ ਏ ਤੁਸੀਂ ਕਰਕੇ ਗੁਰੂ ਪਾਸ਼ਾ ਜੀ ਆਪਣੇ ਪੁੱਤ ਨੂੰ ਤਾਂ ਹੀ ਤੇ ਤੁਸੀਂ ਭਗਤ ਕਬੀਰ ਜੀ ਦੀ ਬਾਣੀ ਪੜ੍ਹ ਕੇ ਵੇਖੋ ਗੋਬਿੰਦ ਹਮ ਐਸੇ ਅਪਰਾਧੀ ਜਿਨ ਪ੍ਰਭ ਜੀਓ ਪਿੰਡ ਸਾਦੀਆ ਤੇ ਇਸ ਕੀ ਭਾਉ ਭਗਤ ਨਹੀਂ ਸਾਦੀਆ ਅਸੀਂ ਇਦਾਂ ਦੇ ਅਪਰਾਧੀ ਹੁਣ ਵੇਖੋ ਜਿੱਥੇ ਵੀ ਨਾ ਔਗਣਾ ਦੀ ਗੱਲ ਆਏਗੀ ਅਰਦਾਸ ਦੇ ਰੂਪ ਚ ਉਥੇ ਆਪਣੇ ਆਪ ਨੂੰ ਭਾਵੇਂ ਭਗਤ ਸਹਿਬਾਨ ਨੇ ਭਾਵੇਂ ਗੁਰੂ ਸਹਿਬਾਨ ਨੇ ਆਪਣੇ ਆਪ ਨੂੰ ਵਿੱਚ ਰੱਖਿਆ ਉਥੇ ਜਿਵੇਂ ਆਪਾਂ ਪਹਿਲਾ ਸ਼ਬਦ ਪੜਿਆ ਮੈਂ ਪਤ ਕੀ ਪੰਧ ਮੈਂ ਹੁਣ ਗੁਰੂ ਨਾਨਕ ਸਾਹਿਬ ਆਪਣੀ ਗੱਲ ਥੋੜਾ ਕਰ ਰਹੇ ਹੋ ਗੱਲ ਤੇ ਕਰ ਰਹੇ ਸਾਡੀ ਸਾਰਿਆਂ ਦੀ ਇਦਾਂ ਭਗਤ ਕਬੀਰ ਜੀ ਵਰਗੇ ਮਹਾਪੁਰਸ਼ ਵੀ ਕਹਿੰਦੇ ਆ ਕਿ ਗੋਬਿੰਦ ਹਮ ਐਸੇ ਅਪਰਾਧੀ ਹੁਣ ਉਹ ਥੋੜਾ ਅਪਰਾਧੀ ਆ ਉਹ ਗੱਲ ਸਾਡੀ ਕਰ ਰਿਹਾ ਵੀ ਪੜਨ ਵਾਲਿਆ ਸੁਣਨ ਵਾਲਿਆ ਵਿਚਾਰਨ ਵਾਲਿਆ ਵੇਖੀ ਪੀ ਤੂੰ ਤਨੇ ਆਪਣੀ ਜ਼ਿੰਦਗੀ ਚ ਗੁਨਾਹ ਕਰਕੇ ਬੈਠਾ ਕਿ ਜਨਪ੍ਰਭ ਜੀਓ ਪਿੰਡ ਸਾਧਿਆ ਜਿਨੇ ਸਭ ਕੁਝ ਦਿੱਤਾ ਤੇ ਇਸ ਕੀ ਭਾਉ ਭਗਤ ਨਹੀਂ ਸਾਧੀ ਉਹਦੀ ਸਿੱਖਿਆ ਨੂੰ ਕਦੀ ਜ਼ਿੰਦਗੀ ਦਾ ਆਧਾਰ ਨਹੀਂ ਬਣਾਇਆ ਮਹਾਰਾਜ ਕਹਿੰਦੇ ਆ ਤੋ ਅੱਗੇ ਹਜ਼ੂਰ ਸਮਝਾਉਂਦੇ ਨੇ ਜਾਲੀ ਰੈਣ ਜਾਲ ਦਿਨ ਹੂਆ ਫੁਣੇ ਰਾਤ ਤੇ ਦਿਨ ਜਾਲ ਤੇਰੀ ਮਰਜ਼ੀਆ ਬਣਾਉਣੀ ਹੈ ਕਹੀ ਬਣਾਉਣੀ ਹੈ ਕਿਉਂਕਿ ਜੇ ਤੂੰ ਲਿੰਕ ਸੱਚ ਨਾਲੋਂ ਤੋੜਤਾ ਤੇਰੇ ਵਾਸਤੇ ਰਾਤ ਤੇ ਦਿਨ ਜਾਲ ਬਣ ਜਾਏਗੀ ਜਾਲੀ ਰੈਣ ਜਾਲ ਦਿਨ ਹੂਆ ਜੇ ਠਿਘੜੀ ਫਾਹੀ ਤੇਤੀ ਅੱਗੇ ਕਹਿੰਦੇ ਰਸ ਰਸ ਚੋਗ ਚੁਗੇ ਨਿਤ ਫਸੈ ਜਦੋਂ ਇਹ ਮਨ ਵਕਾਰਾਂ ਦੇ ਚੋਗੇ ਚੁਗਦਾ ਵਾ ਜਦੋਂ ਮਨ ਵਕਾਰੀ ਹੁੰਦਾ ਵਾ ਅੱਛਾ ਜਿੰਨੇ ਚੋਗੇ ਚੁਗੀ ਜਾਂਦਾ ਉਹਨਾਂ ਫਸਦਾ ਜਾਂਦਾ ਹੈ ਰਸ ਰਸ ਤੁਸੀਂ ਵੇਖੋ ਨਾ ਪੰਛੀ ਜਦੋਂ ਚੋਗੇ ਚ ਮਸਤ ਹੁੰਦਾ ਜਾਂਦਾ ਵਾ ਤੋ ਫਸ ਜਾਂਦਾ ਆਪਾਂ ਪੜਦੇ ਭਗਤ ਕਬੀਰ ਕਾਲ ਬੂਤ ਕੀ ਹਸਤ ਨਹੀਂ ਮਨ ਬਉਰਾਰੀ ਚਲ ਤਰਛੋ ਜਗਦੀਸ਼ ਕਾਮ ਸੁਆਏ ਹੁਣ ਕਾਮ ਸਵਾਏ ਗੱਜ ਬਸ ਪਰੇ ਮਨ ਬੌਰਾਰੇ ਅੰਕਸ ਸਹਉ ਸੀਸ ਬਿਖੇ ਬਾਜ ਹਰ ਰਾਜ ਬਿਖ ਤੋਂ ਬਾਜ ਜਾ ਤੇ ਸੱਚ ਨਾਲ ਜੁੜ ਜਾ ਯਾਨੀ ਕਿ ਯਹਿਰ ਨੂੰ ਛੱਡ ਦੇ ਤੇ ਅਮਰਤ ਨਾਲ ਜੁੜ ਜਾ ਬਿਖੇ ਬਾਜ ਹਰ ਰਾਜ ਸਮਝ ਮੰਨ ਬੌਰਾਰੇ ਹੇ ਬੌਰਿਆ ਮਨਾ ਆ ਵੇਖ ਹਾਥੀ ਵਾਲ ਵੇਖ ਤੋਤੇ ਵਾਲ ਵੇਖ ਬਾਂਦਰ ਵਾਲ ਮਾਰਕਟ ਮੁਸ਼ਤੀ ਅਨਾਜ ਕੀ ਹੁਣ ਕਿੰਨਾ ਚੰਚਲ ਜਨਵਰ ਹੈ ਬਾਂਦਰ ਪਰ ਫਸਦਾ ਕਿਉਂ ਹੈ ਲਾਲਚੇ ਅੰਦਰ ਉਹਦੇ ਗੱਲ ਉਥੇ ਬਾਂਦਰ ਦੀ ਨਹੀਂ ਹੋ ਰਹੀ ਗੱਲ ਮਨੁੱਖੀ ਮੰਨ ਦੀ ਹੋ ਰਹੀ ਹੈ ਮਨਵੀ ਤੇ ਭੱਜਿਆ ਫਿਰਦਾ ਨਾ ਉਛਲਕੂਦ ਕਰਦਾ ਫਿਰਦਾ ਟੱਪਦਾ ਫਿਰਦਾ ਕਦੀ ਉਧਰ ਜਾਂਦਾ ਕਦੀ ਉਧਰ ਜਾਂਦਾ ਇਸੇ ਕਰਕੇ ਅਜ ਪ੍ਰੇਸ਼ਾਨ ਇਸੇ ਕਰਕੇ ਅਜ ਪਰੇਸ਼ਾਨੀਆਂ ਸ੍ਰੀ ੜਲੀਆਂ ਪਾਸ਼ਾ ਜੀ ਕਹਿੰਦੇ ਨੇ ਤੋ ਇਸ ਕਰਕੇ ਮਹਾਰਾਜ ਸਮਝਾਉਂਦੇ ਨੇ ਜਾਲੀ ਰੈਣ ਜਾਲ ਦਿਨ ਹੁਆ ਜੇਤੀ ਘੜੀ ਫਾਹੀ ਤੇਤੀ ਰਸ ਰਸ ਚੋਗ ਚੁਗੈਨ ਤਫਸੈ ਜਿੰਨੇ ਤੂੰ ਚੋਗੇ ਚੁਗੀ ਜਾਣਾ ਉਹਨਾਂ ਫਸਦਾ ਜਾਣਾ ਚੋਗੇ ਚੁਗਣੇ ਬੰਦ ਕਰਦੇ ਆਪੇਂ ਬੰਦ ਖਲਾਸੀ ਹੋ ਜਾਣੀ ਐ ਹੁਣ ਅਸੀਂ ਚੋਗੇ ਚੌਂਦਾਰth ਵਕਾਰ ਇਕੱਠੇ ਕਰਨੇ ਬੁਰਾਈਆਂ ਚ ਪੈਣਾ ਰਸ ਰਸ ਚੋਗੇ ਚੁਗੇ ਨੇ ਤਫਾਸਾ ਅਗੇ ਸ਼ਬਦ ਵਰਤਿਆ ਸ਼ੂਟ ਸਮੂੜੇ ਕਵਣ ਗੁਣੀ हे मूੜੇ ਕਿਹੜੇ ਗੁਣਾ ਦੀ ਬਦੌਲਤ ਤੂੰ ਇਹਦੇ ਨਾਲੋਂ ਲਿੰਕ ਤੋੜੇਂਗਾ ਵੇਖੋ ਬਾਣੀ ਚ ਕਿਡਾ ਪਿਆਰਾ ਵਚਨ ਕਿਹਾ ਨਾਨਕ ਅਵਗੁਣ ਜਿਤੜੇ ਤੇਤੇ ਗਲੀ ਜੰਜੀਰ ਜਿੰਨੇ ਔਗਣ ਨੇ ਹੋਣੀਆਂ ਜੰਜੀਰਾਂ ਨੇ ਇਹਨਾਂ ਨੂੰ ਕਟਿਆ ਕਿਵੇਂ ਜਾਣਾ ਜੇ ਗੋਣੋਂ ਹੋਣ ਤੱਕ ਕਟੀਆਂ ਨੇ ਸੇ ਭਾਈ ਸੇ ਵੀਰ ਜਿੰਨੇ ਔਗਣੇ ਉਹਨੀਆਂ ਜੰਜੀਰਾਂ ਨੇ ਤੇ ਔਗਣਾਂ ਦੀਆਂ ਜੰਜੀਰਾਂ ਨੂੰ ਕੌਣ ਕਟੂਗਾ ਗੋਣ ਜੇ ਗੋਣ ਆਗੇ ਤੇ ਔਗਣ ਆਪੇ ਜਿਵੇਂ ਆਪਾਂ ਪਹਿਲਾਂ ਗੱਲ ਕਹਿ ਗਏ ਮਰਜ਼ੀ ਆਪਣੀ ਆ ਵੀ ਅਸੀਂ ਗੁਣਾ ਨਾਲ ਜੁੜ ਕੇ ਜ਼ਿੰਦਗੀ ਜਿਉਣੀ ਆ ਕਿ ਔਗਣਾਂ ਨਾਲ ਜ਼ਿੰਦਗੀ ਜੁੜ ਕੇ ਜਿਉਣੀ ਮਰਜ਼ੀ ਸਾਡੀ ਆ ਅਸੀਂ ਬੰਦਨਾ ਚ ਰਹਿਣਾ ਕਿ ਆਜ਼ਾਦੀ ਚਾਹੁੰਦੇ ਆ ਆਪਾਂ ਇਹ ਮਰਜ਼ੀ ਸਾਡੀ ਆ ਬੰਦਨਾ ਚ ਰਹਿ ਕੇ ਜ਼ਿੰਦਗੀ ਜੂਣੀ ਚਾਹੁੰਨੇ ਇਹ ਵੀ ਸਾਡੀ ਮਰਜ਼ੀ ਹੈ ਤੇ ਆਜ਼ਾਦੀ ਵਾਲਾ ਜੀਵਨ ਜੂਣਾ ਚਾਹੁੰਨੇ ਇਹ ਵੀ ਸਾਡੀ ਮਰਜ਼ੀ ਹੈ ਫੈਸਲਾ ਆਪਣਾ ਵਾ ਪਾਸ਼ਾ ਕਹਿੰਦੇ ਮੈਂ ਤੇਰੇ ਤੇ ਛੜਦਾ ਭਾਈ ਤੈਨੂੰ ਧੱਕੇ ਨਾਲ ਨਹੀਂ ਕਿਹਾ ਜਾਊਗਾ ਵੀ ਤੂੰ ਆਜ਼ਾਦ ਹੋ ਧੱਕੇ ਨਾਲ ਹੀ ਕਿਹਾ ਜਾਊਗਾ ਤੂੰ ਬੰਦਨਾ ਚ ਪੈ ਤੈਨੂੰ ਸਮਝਾ ਦਿੱਤਾ ਮਰਜ਼ੀ ਤੇਰੀ ਆਪਣੀ ਹੈ ਨਾਨਕ ਅਵਗੁਣ ਜਿਤੜੇ ਤੇਤੇ ਗਲੀ ਜੰਜੀਰ ਜੇ ਗੁਣ ਹੋਵਣ ਤਾਂ ਕਟੀਆਂ ਨੇ ਸੇ ਭਾਈ ਸੇ ਵੀਰ ਇੰਜ ਕਹਿ ਲੋ ਵੀ ਗੁਣ ਬੰਦੇ ਦੇ ਭਾਈ ਤੇ ਵੀਰ ਵਾ ਉਗਣ ਬੰਦੇ ਦੇ ਸਭ ਤੋਂ ਵੱਡੇ ਦੁਸ਼ਮਣ ਵਾ ਜਿਵੇਂ ਰਾਜਾ ਬਾਲਕ ਨਗਰੀ ਕਾਚੀ ਦੁਸ਼ਟਾਂ ਨਾਲ ਪਿਆਰੋ ਰਾਜਾ ਬਾਲਕ ਵਾ ਮਨ ਅਣਜਾਣ ਵਾ ਤੇ ਦੁਸ਼ਟਾਂ ਨਾਲ ਪਿਆਰ ਪਾ ਕੇ ਬੈਠਾ ਦੁਸ਼ਮਣਾਂ ਨਾਲ ਆਪੇ ਪਿਆਰ ਨਾ ਬੰਦੇ ਨੂੰ ਲਾਲਚ ਚੰਗਾ ਲੱਗਦਾ ਸਬਰ ਸੰਤੋਖ ਦੇ ਚੰਗਾ ਲੱਗਦਾ ਇਹ ਤੁਹਾਡੇ ਲਾਗੇ ਲਾਲਚੀ ਬੰਦੇ ਲਾਗੇ ਕੋਈ ਸਬਰ ਦੀ ਗੱਲ ਕਰਕੇ ਵੇਖਿਆ ਭਲਾ ਇਮਾਮ ਬੇਈਮਾਨ ਬੰਦੇ ਲਾਗੇ ਕੋਈ ਇਮਾਨਦਾਰੀ ਦੀ ਗੱਲ ਕਰਕੇ ਵੇਖੇ ਪਰ ਉਠ ਕੇ ਤੋਂ ਪਰਾਂ ਤੁਰ ਪੈਂਦਾ ਉਹ ਕਹਿੰਦਾ ਇੱਥੇ ਆਪਣੇ ਬਹਿਣ ਦਾ ਮਤਲਬ ਹੈ ਹੀ ਨਹੀਂ ਹਾਂ ਜੇ ਉਹਦੇ ਲਾਗੇ ਕੋਈ ਬੇਈਮਾਨੀ ਦੀ ਗੱਲ ਕਰਦਾ ਫੇਰ ਉਹਦਾ ਉੱਠਣ ਨੂੰ ਜੀ ਨਹੀਂ ਕਰਦਾ ਇਦਾਂ ਹੀ ਉਲਟਵਾ ਇਮਾਨਦਾਰ ਲਾਗੇ ਕੋਈ ਬੇਈਮਾਨੀ ਦੀ ਗੱਲ ਕਰਕੇ ਵੇਖਿਓ ਨੇ ਉੱਥੇ ਬਹਿਣਾ ਹੀ ਨਹੀਂ ਉਹ ਕਹਿੰਦਾ ਨਹੀਂ ਭਾਈ ਕਿਉਂਕਿ ਉਹ 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 ਸੌਦੇ ਦਾ ਗਾਹਕ ਹੀ ਐ ਨਹੀਂ ਉਹ ਉੱਠ ਕੇ ਪਰਾਂ ਤੁਰ ਪੇਗਾ ਨਹੀਂ ਪਾਈ ਇੱਥੇ ਗੱਲ ਨਹੀਂ ਬਣਨੀ ਆਪਣੀ ਪਾਸ਼ਾ ਜੀ ਇਸ ਬਹੁਤ ਤਰੀਕੇ ਨਾਲ ਸਮਝਾਉਂਦੇ ਨੇ ਕਿ ਹੇ ਬੰਦਿਆ ਆਪਣੀ ਜ਼ਿੰਦਗੀ ਨੂੰ ਸਵਾਰਨਾ ਹੈ ਵਗਾੜਨਾ ਹੈ ਤੇਰੀ ਆਪਣੀ ਮਰਜ਼ੀ ਹੈ ਤੋ ਹਜ਼ੂਰ ਇੱਥੇ ਸਮਝਾਉਂਦੇ ਨੇ ਰਸ ਰਸ ਚੋਗ ਚੁਗੈ ਨੇ ਤਫਾਸੇ ਜਦੋਂ ਇਹ ਮਨ ਰੱਬੀ ਗੁਣਾ ਨਾਲੋਂ ਲਿੰਕ ਤੋੜ ਗਿਆ ਨਾ ਫਿਰ ਇਹ ਚਸਕੇ ਲੈ ਲੈ ਕੇ ਚੋਗੇ ਚੁਗਦਾ ਸ਼ੂਟਸ ਮੂੜੇ ਕਮਣ ਗੁਣੀ हे ਮੂੜੇ ਕਿਹੜੇ ਗੁਣਾ ਦੀ ਬਦੌਲਤ ਤੂੰ ਇਸ ਜਾਲ ਨੂੰ ਕਟੇਗਾ ਕਾਇਆ ਆਰਣ ਮਨ ਵਿੱਚ ਲੋਹਾ ਅਛਾ ਦੂਜੀ ਐਗਜ਼ੈਂਪਲ ਜਿਹੜੀ ਦਿੱਤੀ ਨਾ ਮਹਾਰਾਜ ਨੇ ਗੁਰੂ ਨਾਨਕ ਸਾਹਿਬ ਨੇ ਇੱਕ ਲੋਹਾਰ ਦੀ ਪੱਠੀ ਦੀ ਦਿੱਤੀ ਅਸਾ ਸਖ ਜੀ ਜਿਹੜੇ ਸਿਆਣੇ ਸੂਝਵਾਨ ਤੁਸੀਂ ਬੈਠੇ ਹੋ ਬਜ਼ੁਰਗ ਉਹਨਾਂ ਨੂੰ ਪਤਾ ਜਦੋਂ ਆਪਾਂ ਲੋਹਾਰ ਦੀ ਪੱਠੀ ਦੇ ਜਾਣੇ ਸੀ ਟੋਕੇ ਚ ਨਾਉਣ ਦਾਤੀਆਂ ਦੇ ਦੰਦੇ ਕਢਾਉਣ ਕਈ ਵਾਰੀ ਕਈ ਵੀ ਚਨਾਉਣ ਵਾਸਤੇ ਜਾਣਾ ਤੇ ਲੋਹਾਰ ਆਪਣੀ ਪੱਠੀ ਵਿੱਚ ਲੋਹੇ ਨੂੰ ਰੱਖ ਕੇ ਨਾ ਟੋਕੇ ਨੂੰ ਜਿਹਨੂੰ ਗਰਮ ਕਰਦਾ ਸੀ ਫਿਰ ਉਹ ਰੱਖ ਕੇ ਅਹਰਨ ਦੇ ਉੱਤੇ ਤੇ ਲੋਹੇ ਦੀ ਸੇਲ ਦੇ ਉੱਤੇ ਰੱਖ ਕੇ ਤੇ ਉਹਨੂੰ ਚੰਡਦਾ ਸੀ ਚੰਗੀ ਤਰ੍ਹਾਂ ਹੁਣ ਇੱਥੇ ਜਿਹੜਾ ਆਹਰਨ ਸ਼ਬਦ ਵਰਤਿਆ ਨਾ ਇਹ ਮਹਾਰਾਜ ਨੇ ਪੱਠੀ ਵਾਸਤੇ ਵਰਤਿਆ ਹੁਣ ਭਾਵੇਂ ਆਰਣ ਦਾ ਅਰਥ ਉਸ ਉਹ ਪੱਥਰ ਦਾ ਟੁਕੜਾ ਵਾ ਜਿਹਦੇ ਉੱਤੇ ਰੱਖ ਕੇ ਲੋਹਾ ਚੰਡਿਆ ਜਾਂਦਾ ਚੰਗੀ ਤਰ੍ਹਾਂ ਪੱਠੀ ਹੋਰ ਹੁੰਦੀ ਐ ਆਰਣ ਵੱਖਰੀ ਹੁੰਦੀ ਐ ਵੀ ਪੱਠੀ ਵਿੱਚ ਲੋਹਾ ਗਰਮ ਕੀਤਾ ਤੇ ਆਰਣ ਉੱਤੇ ਰੱਖ ਕੇ ਤੇ ਮੁੜਕੇ ਉਹਨੂੰ ਚੰਡਿਆ ਜਾਂਦਾ ਪਰ ਇੱਥੇ ਆਰਣ ਸ਼ਬਦ ਪੱਠੀ ਵਾਸਤੇ ਮਾਰੇ ਨੇ ਵਰਤੇ ਆ ਕਿਉਂਕਿ ਲਿੰਕ ਆ ਨਾ ਆਪਸ ਵਿੱਚ ਕਿਵੇਂ ਪਲਾ ਜੇ ਲੋਹਾ ਗਰਮ ਹੋਏਗਾ ਤੇ ਉਸ ਆਰਣ ਉੱਤੇ ਰੱਖ ਕੇ ਚੰਡਿਆ ਜਾਏਗਾ ਨਾ ਤੇ ਬਾਣੀ ਕਾਵ ਰੂਪ ਚ ਬੜੇ ਤਰੀਕੇ ਨਾਲ ਸਮਝ ਕਹਿੰਦੇ ਕਾਇਆ ਆਰਣ ਬੰਦੇ ਦੀ ਜਿਹੜੀ ਕਾਇਆ ਵਾ ਨਾ ਇਹ ਪੱਠੀ ਆ ਤੇ ਮਨ ਕੀ ਵਿੱਚ ਮਨ ਵਿੱਚ ਲੋਹਾ ਮਨ ਵਿੱਚ ਲੋਹਾ ਪਿਆ ਵਾ ਐਨ ਲੋਹਾਰ ਦੀ ਇੱਕ ਦੁਕਾਨ ਦਾ ਨਕਸ਼ਾ ਖੇਜ ਦਿੱਤਾ ਮਹਾਰਾਜ ਨੇ ਵੀ ਕਾਇਆ ਆ ਰਣਵਾ ਵੀ ਇਹ ਸਰੀਰ ਇੱਕ ਮੰਨ ਲਓ ਪੱਠੀਆਂ ਲੋਹੇ ਜਿੱਤੇ ਲੋਹਾ ਗਰਮ ਕੀਤਾ ਜਾਂਦਾ ਤੇ ਮਨ ਵਿੱਚ ਲੋਹਾ ਮਨ ਵਿੱਚ ਲੋਹਾ ਪਿਆ ਵਜਦਾ ਮਨ ਵਿੱਚ ਲੋਹਾ ਪੰਜ ਅਗਨ ਤੇ ਤਲਾਗ ਰਹੇ ਹੁਣ ਇਹ ਝਾਗ ਵੀ ਵੱਲਦੀ ਆ ਜਿਵੇਂ ਲੋਹੇ ਨੂੰ ਗਰਮ ਕਰਨ ਵਾਸਤੇ ਉਹਨੂੰ ਲਾਲ ਕੀਤਾ ਜਾਂਦਾ ਤਾਂ ਹੀ ਤੇ ਉੱਤੇ ਫਿਰ ਥੋੜੇ ਵਜਦੇ ਸੀ ਇਹ ਥੋੜਾ ਅਗ ਕਾਦੀ ਬਲਦੀ ਹੈ ਭਲਾ ਪੰਜ ਅਗਨ ਪੰਜ ਆ ਕਿਹੜੀ ਹੈ ਤਾਮਕਰੋਧ ਲੋ ਮੋਹ ਤੇ ਹੰਕਾਰ ਇਹ ਪੰਜ ਵਕਾਰ ਮਨ ਰੂਪੀ ਲੋਹੇ ਨੂੰ ਸੇਕ ਦੇ ਰਿਆ ਜਾਨੀ ਕਿ ਆਪਾਂ ਨਹੀਂ ਕਹਿੰਦੇ ਵੀ ਹੁਣ ਜੀਉ ਤਪਤ ਹੈ ਬਾਰੋ-ਬਾਰ ਤਪ ਤਪ ਖਪੇ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਬਿਲਾਏ ਪੰਜ ਅਗਨ ਤਿਤ ਲਾਗ ਰਹੀ ਅੱਛਾ ਉਹ ਪੰਜਾਂ ਵਿਕਾਰਾਂ ਦੀ ਅਗਬਲ ਦੀ ਐ ਤੇ ਅੱਗ ਬਾਲਣ ਲਈ ਲੱਕੜਾਂ ਚਾਹੀਦੀਆਂ ਕੋਲੇ ਚਾਹੀਦੇ ਆ ਤੇ ਕੋਲੇ ਕਾਦੇ ਪਲਾ ਕੋਇਲੇ ਪਾਪ ਪੜੇ ਸਾਰੇ ਬੋਲੋ ਜੀ ਕੋਇਲੇ ਪਾਪ ਪੜੇ ਤੇਸ ਉਪਰ ਅਛਾ دنیਵੀ ਤੌਰ ਤੇ ਕੋਲੇ ਘਟ ਵੀ ਸਕਦੇ ਕਿਸੇ ਕੋਲ ਤੁਸੀਂ ਤੇ ਭਾਗਾ ਵਾਲੇ ਉਹਨਾਂ ਕੰਟਰੀਆਂ 'ਚ ਬਿਠੇ ਜਿੱਥੇ ਗੈਸ ਪਾਈਪ ਲਾਈਨ ਪਈ ਹੋਈ ਆ ਪਰ ਮਾਰੋ ਧਿਆਨ ਕੇਵਰੀ ਆਪਾਂ ਉਹ ਜਦੋਂ ਪੰਜਾਬ ਦਾ ਨਕਸ਼ਾ ਖਿੱਚੇ ਤੇ ਕਈ ਵਾਰੀ ਕਿਸੇ ਕੋਲੋਂ ਬਾਲਣ ਮੰਗਿਆ ਵੀ ਜਾਂਦਾ ਸੀ ਕਹਿੰਨੇ ਕਹਿੰਦਾ ਵੀ ਸਾਡੇ ਕੋਲ ਕੋਲੇ ਨਹੀਂ ਹੈਗੇ ਲੱਕੜਾਂ ਨਹੀਂ ਹੈਗੀਆਂ ਥੋੜੀਆਂ ਦੇ ਦਿਓ ਮੰਦਾ ਅੱਗ ਮੰਗ ਸਕਦਾ ਸੀ ਕਿਸੇ ਕੋਲੋਂ ਪਾਸ਼ਾ ਕਹਿੰਦੇ ਨੇ ਇੱਥੇ ਪਾਪਾਂ ਦੇ ਕੋਲੇ ਮੰਗਣ ਦੀ ਲੋੜ ਨਹੀਂ ਪਹਿਲੇ ਨਕਾ ਨਕ ਭਰੇ ਪਏ ਨੇ ਕੋਇਲੇ ਪਾਪ ਪੜੇ ਤੇਸੀ ਉੱਪਰ ਪਾਪਾਂ ਦੇ ਕੋਲੇ ਪੰਜਾਂ ਵਿਕਾਰਾਂ ਦੀ ਅੱਗ ਉੱਤੇ ਪਈ ਜਾਂਦੇ ਆ ਅੱਗ ਬਲੀ ਜਾਂਦੀ ਆ ਤੇ ਸੜਦਾ ਕੌਣ ਹੈ ਜੀ ਭਲਾ ਲੋਹਾ ਕਿਹੜਾ ਸੀ ਭਲਾ ਲੋਹਾ ਮੰਨ ਹੁਣ ਮੰਨ ਤੇ ਸੜਿਆ ਪਿਆ ਆ ਤੇ ਜਿਹੜੇ ਮਨ ਨੂੰ ਪੰਜਾਂ ਵਿਕਾਰਾਂ ਦੀ ਅਗਨੇ ਸਾੜਿਆ ਹੋਵੇ ਦੱਸਿਓ ਜੀ ਭਲਾ ਉਹਨੂੰ ਦੁਨਿਆਵੀ ਤੌਰ ਦੀਆਂ ਸਹੂਲਤਾਂ ਦੁਨਿਆਵੀ ਤੌਰ ਤੇ ਉਹਨੂੰ ਜਿੰਨੀਆਂ ਮਰਜ਼ੀ ਸਹੂਲਤਾਂ ਦੇ ਦੋ ਉਹ ਖੁਸ਼ ਹੋ ਸਕਦਾ ਭਲਾ ਕਿਉਂ ਗੁਰੂ ਕੇ ਪਿਆਰਿਓ ਮੰਨ ਲਓ ਬੰਦਾ ਕਦੇ ਘੁੰਮਣ ਵੀ ਚੱਲ ਜਵੇ ਮੰਨ ਲਓ ਭਾਵੇਂ 10 12 ਬੈੱਡਰੂਮ ਦਾ ਵੱਡਾ ਘਰ ਵੀ ਹੋਵੇ ਸਭ ਕੁਝ ਹੋਵੇ ਬੰਦੇ ਕੋਲ ਪਰ ਜੇ ਅੰਦਰ ਹੀ ਖੁਸ਼ ਨਹੀਂ ਹੈਗਾ ਜੇ ਅੰਦਰ ਹੀ ਬੰਦੇ ਦਾ ਉਹ ਜਿਹੜਾ ਮਨ ਲੋਹਾਵਾ ਜਿਹੜਾ ਪੰਜਾਂ ਵਿਕਾਰਾਂ ਦੀ ਅਗਨ ਸਾੜ ਕੇ ਕੋਲਾ ਕਰ ਰਹੀ ਆ ਗੁਰੂ ਪਾਸ਼ਾ ਤੇ ਅੰਦਰ ਦੇ ਜੀਵਨ ਨੂੰ ਸੁਖੀ ਕਰ ਰਿਹਾ ਕਿ ਤੇਰਾ ਅੰਦਰ ਬੈਕੁੰਠ ਬਣ ਜਾ ਤੇਰਾ ਕੋਇਲੇ ਪਾਪ ਪੜੇ ਤੇ ਸਿ ਉੱਪਰ ਮਨ ਜਲਿਆ ਮਨ ਸੜ ਰਿਹਾ ਵਾ ਕਿਉਂਕਿ ਮਨ ਲੋਹਾ ਵਾ ਤੇ ਸੰਨੀ ਚਿੰਤ ਪਈ ਇੱਕ ਚੀਜ਼ ਵੀ ਹੋਰ ਵੇਖਿਓ ਜਦੋਂ ਲੋਹਾਰ ਦੀ ਪੱਟੀ ਤੇ ਆਪਾਂ ਜਾਂਦੇ ਹੁੰਦੇ ਸੀ ਤੇ ਲੋਹੇ ਨੂੰ ਫੜਨ ਵਾਸਤੇ ਕਿ ਸੰਨੀ ਹੁੰਦੀ ਹੈ ਜਿਦੋਂ ਉਹ ਮੜਿਆ ਘਟ ਸੜਿਆ ਹੋਵੇ ਉਦੋਂ ਨੂੰ ਵੀ ਲੁਹਾਰੋ ਲੋਹੇ ਨੂੰ ਘਮਾਉਂਦਾ ਚੰਗੀ ਤਰ੍ਹਾਂ ਵੀ ਇਧਰ ਮੜਾਇਆ ਲਾਲ ਜੇ ਘਟ ਹੋਇਆ ਇਥੇ ਮਨ ਰੂਪੀ ਲੋਹੇ ਨੂੰ ਕਹਿੰਨੇ ਫੜਿਆ ਭਲਾ ਘੁੱਟ ਕੇ ਚਿੰਤਾ ਦੀ ਸੰਨੀ ਨੇ ਐ ਨੱਪੀ ਪਈ ਚਿੰਤਾ ਦੀ ਸੰਨੀ ਨੇ ਘੁੱਟ ਕੇ ਮਨ ਨੂੰ ਫੜਿਆ ਹੋਇਆ ਤੇ ਸਾੜ ਕਾਤੇ ਰਹੀਏ ਪੰਜਾਂ ਵਿਕਾਰਾਂ ਦੀ ਅੱਗ ਦੇ ਉੱਤੇ ਕੋਲੇ ਪਾਪਾਂ ਦੇ ਕੋਲੇ ਹੁਣ ਪਾਪ ਕੀ ਆ ਮਾੜੀ ਸੋਚ ਮਾੜੇ ਵਿਚਾਰ ਪਾਪ ਨੇ ਪਾਪ ਮਨ ਦੇ ਦਲ ਦੇ ਹੁੰਦਾ ਜੋ ਮਨੁੱਖ ਤੈਂ ਤੇ ਬਾਣੀ ਚ ਆਖਿਆ ਸੀ ਕਬੀਰ ਪਾਪੀ ਭਗਤ ਨਾ ਭਾਵੇ पापी ਨੂੰ ਭਗਤੀ ਦੀ ਜੇਦੀ ਸੋਚ ਹੀ ਮਾੜੀ ਉਹਨੂੰ ਕਿੱਥੋਂ ਗੁਰਬਾਣੀ ਚੰਗੀ ਲੱਗ ਜੂਗੀ ਜਿਵੇਂ ਆਪਾਂ ਪਹਿਲਾਂ ਕਹਿ ਚੁੱਕੇ ਵੀ ਜਿਸ ਬੰਦੇ ਦੇ ਕੋਲ ਅਵਗੁਣ ਨੇ ਉਹਨੂੰ ਗੁਣ ਚੰਗੇ ਨਹੀਂ ਲੱਗਣੇ ਤਕਬੀਰ ਪਾਪੀ ਭਗਤ ਨਾ ਭਾਵੇ ਹੀ ਹੈ ਕਬੀਰ ਪਾਪੀ ਨੂੰ ਭਗਤੀ ਹੁਣ ਭਗਤੀ ਕੀ ਸੀ ਵਿਣ ਗੁਣ ਕੀਤੇ ਭਗਤ ਨਾ ਹੋਏ ਵੀ ਜੇਦੀ ਸੋਚ ਮਾੜੀ ਆ ਨਾ ਉਹਨੂੰ ਚੰਗੀ ਸੋਚ ਕਦੀ ਚੰਗੀ ਨਹੀਂ ਲੱਗਣੀ ਪਸੰਦ ਹੀ ਨਹੀਂ ਆਉਣੀ ਉਹਨੂੰ ਕਬੀਰ ਪਾਪੀ ਭਗਤ ਨਾ ਭਾਵੇ ਹਰ ਪੂਜਾ ਨਾ ਸਹਾਇ ਉਹਨੂੰ ਹਰੀ ਦੀ ਪੂਜਾ ਸੁਖ ਦੇਣ ਵਾਲੀ ਨਹੀਂ ਲੱਗੇਗੀ ਮੱਖੀ ਚੰਦਨ ਪਰ ਹਰੈ ਜਿਵੇਂ ਚੰਦਨ ਬੜੀ ਚੰਗੀ ਚੀਜ਼ ਆ ਆਪਾਂ ਨੂੰ ਪਤਾ ਪਰ ਮੱਖੀ ਨੂੰ ਥੋੜਾ ਉਹਦੇ ਨਾਲ ਕੋਈ ਮਤਲਬ ਹੈ ਮੱਖੀ ਤੇ ਚੰਦਨ ਨੂੰ ਛੱਡ ਕੇ ਤੇ ਗੰਦਗੀ ਦੇ ਪਿੰਦੀ ਜਾ ਕੇ ਮੱਖੀ ਚੰਦਨ ਪਰ ਹਰੈ ਜਹ ਬੇਗੰਧ ਤਹ ਜਾਏ ਜਿੱਥੇ ਗੰਦਗੀ ਹੋਏਗੀ ਜਿੱਥੇ ਬਦਬੂ ਆਉਂਦੀ ਹੋਏਗੀ ਮੱਖੀ ਭੱਜ ਪਏ ਉਧਰ ਨੂੰ ਜਾਂਦੀ ਹੈ ਚੰਦਨ ਵਾਲੇ ਬੰਨੇ ਤੇ ਆਉਂਦੀ ਨਹੀਂ ਇਦਾਂ ਹੀ ਇੱਥੇ ਗੱਲ ਮੰਦੀ ਕੀਤੀ ਹੈ ਜਿਹੜਾ ਮਨ ਸੱਚ ਨਾਲੋਂ ਲਿੰਕ ਟੁੱਟ ਗਿਆ ਉਨੂੰ ਗੁਣ ਇਬਾਦਤ ਚੰਗੀਆਂ ਵਿਚਾਰਾਂ ਬੰਦਗੀ ਚੰਗੀ ਸੰਗਤ ਕਦੀ ਪਸੰਦ ਨਹੀਂ ਆਏਗੀ ਉਹ ਤੇ ਗਲਤ ਬੰਨੇ ਤੁਰੇਗਾ ਇਹ ਕੋਲੇ ਆ ਪਾਪਾਂ ਦੇ ਮਾੜੀ ਵਿਚਾਰ ਜਿਹੜੀ ਬੰਦੇ ਦੇ ਅੰਦਰ ਰੱਖੇ ਪੈਗੀ ਤੇ ਤਾਂ ਆਖਿਆ ਸੀ ਨਾ ਅਨਕਾਇ ਰਾਤੜਿਆਂ ਵਾਟ ਦੁਹੇਲੀ RAM ਪਾਪ ਕਮਾਉਂਦਿਆਂ ਤੇਰਾ ਕੋਈ ਨਾ ਬੇਲੀ RAM ਜਦੋਂ ਤੇਰੇ ਵਿਚਾਰ ਹੀ ਮਾੜੇ ਨੇ ਤੇਰੀ ਸੋਚ ਹੀ ਮਾੜੀ ਆ ਤੇ ਤੇਰੀ ਸੋਚ ਮਾੜੀ ਐ ਤੇਰਾ ਕਿਸੇ ਨੇ ਬੇਲੀ ਨਹੀਂ ਬਣਨਾ ਤੇਰੀ ਕਿਸੇ ਨੇ ਹੈਲਪ ਨਹੀਂ ਕਰਨੀ ਤੈਨੂੰ ਖੁਦ ਆਪਣੀ ਮਦਦ ਆਪ ਕਰਨੀ ਪੈਣੀ ਹਜ਼ੂਰ ਸਮਝਾਉਂਦੇ ਨੇ ਤੂੰ ਇਸ ਕਰਕੇ ਸਾਬ ਕਹਿੰਦੇ ਨੇ ਕਾਇਆ ਆਰਣ ਮਨ ਵਿੱਚ ਲੋਹਾ ਪੰਜ ਅਗਨ ਤੇਤ ਲੱਗ ਰਹੀ ਕੋਇਲੇ ਪਾਪ ਪੜੇ ਤੇ ਇਸ ਉੱਪਰ ਮਨ ਜਲਿਆ ਸਨੀ ਚਿੰਤ ਪਈ ਪਰਮਹਾਰਾਜ ਕਹਿੰਦੇ ਬੰਦਿਆ ਹੌਸਲਾ ਨਾ ਆ ਰਵੇ ਕਿਤੇ ਅਖੀਰ ਲੀਆਂ ਜਿਹੜੀਆਂ ਦੋ ਪੰਕਤੀਆਂ ਨੇ ਅਖੀਰਲਾ ਬੰਦੋ ਚ ਬੜੀ ਕਮਾਲ ਦੀ ਗੱਲ ਕਹੀ ਕਹਿੰਦੇ ਭਇਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੈ ਤਨੇਹਾ ਮਨੂਰ ਪਤਾ ਕਿਹੜਾ ਲੋਹਾ ਹੁੰਦਾ ਕਈਆਂ ਨੇ ਇਹਦੀ ਅਰਥ ਕੀਤੇ ਜੰਗਾਲਿਆ ਹੋਇਆ ਲੋਹਾ ਜਿਹੜਾ ਜੰਗਾਲਿਆ ਲੋਹਾ ਹੁੰਦਾ ਨਾ ਉਹਦਾ ਵੀ ਜੰਗਾਲ ਲੈ ਜੇ ਨਾ ਤੇ ਉਹਨੂੰ ਵੀ ਤੁਸੀਂ ਫੇਰ ਉਹ ਕੰਮ ਆ ਜਾਂਦਾ ਪਰ ਮਨੂਰ ਦਾ ਅਰਥ ਜੰਗਾਲਿਆ ਲੋਹਾ ਨਹੀਂ ਆ ਮਨੂਰ ਦਾ ਅਰਥ ਹੈ ਉਹ ਲੋਹਾ ਜਦੋਂ ਆਪਾਂ ਲੋਹਾਰ ਦੀ ਪੱਠੀ ਤੇ ਜਾਂਦੇ ਸੀ ਤੇ ਲੋਹਾਰ ਨੇ ਕੀ ਕਰਨਾ ਪੱਠੀ ਚੋਂ ਉਹ ਕੱਢ ਕੇ ਨਾ ਟੋਕੇ ਜਾਂ ਜਿਹੜੀ ਵੀ ਚੀਜ਼ ਨੂੰ ਉਹ ਐਰਨ ਤੇ ਰੱਖ ਕੇ ਜ਼ੋਰ-ਜ਼ੋਰ ਨਾਲ ਸਟਾ ਮਾਰਦਾ ਸੀ ਨਾ ਐੜਾ ਘੱਟਾ ਬਣ ਜਾਂਦਾ ਲੋਹਾ ਐ ਬਰੀਕ ਹੋ ਜਾਂਦਾ ਜਿਹੜਾ ਬਿਲਕੁਲ ਜਿਹੜਾ ਕਿਸੇ ਕੰਮ ਹੀ ਨਹੀਂ ਜਿਹਨੂੰ ਕਹਿ ਸਕਦੇ ਆਪਾਂ ਪਾਸ਼ਾ ਕਹਿੰਦੇ ਭਇਆ ਮਨੂਰ ਕੰਚਨ ਫਿਰ ਹੋਵੇ ਹੁਣ ਆਮ ਘਾਵਤ ਨਾ ਵੀ ਜਿਹੜੀ ਲੋਹੇ ਨੂੰ ਪਾਰਸ ਨਾਲ ਸੁਹਾ ਦਿਓ ਤੇ ਉਹ ਸੋਨਾ ਬਣ ਜਾਂਦਾ ਪਰ ਪਾਰਸ ਵੀ ਤੇ ਉਸੇ ਲੋਹੇ ਨੂੰ ਸੋਨਾ ਬਣਾਉ ਜਿਹੜੇ ਲੋਹੇ ਚ ਮਾੜੀ ਮੋਟੀ ਜਾਨ ਹੋਊਗੀ ਪਰ ਕਹਿੰਦੇ ਗੁਰੂ ਤੇ ਉਹ ਪਾਰਸਾ ਮਨੂਰ ਲੋਹੇ ਨੂੰ ਵੀ ਵਧੀਆ ਬਣਾਉਣ ਦੀ ਤਾਕਤ ਰੱਖਦਾ ਜਿਹੜਾ ਬਿਲਕੁਲ ਨਕਾਰਾ ਹੋ ਚੁੱਕਾ ਜਿਹਨੂੰ ਆਪਾਂ ਇੰਜ ਕਹ ਲੋ ਵੀ ਪਰਿਵਾਰ ਸਮਾਜ ਦੁਨੀਆ ਜਵਾਬ ਦੇ ਚੁੱਕੀ ਵੀ ਇਹ ਤੇ ਹੁਣ ਨਕਮਾ ਹੀ ਆ ਇਹ ਪਤਾ ਕੋਈ ਨਹੀਂ ਕਈ ਵਾਰੀ ਆਪਾਂ ਸਮਾਜ ਕਹਿੰਨ ਵੀ ਇਹ ਤੇ ਹੁਣ ਖਤਮ ਹੋ ਗਿਆ ਪਤਾ ਨਹੀਂ ਕਿਹੜੇ ਵੇਲੇ ਕਿੱਥੇ ਕਿਹੜੇ ਬੰਦੇ ਨੇ ਕਿੱਥੋਂ ਆਪਣੀ ਜ਼ਿੰਦਗੀ ਵਿੱਚ ਕੋਈ ਮੋੜ ਆ ਜਾਣਾ ਤੇ ਸਿੱਖਿਆ ਲੈ ਕੇ ਜ਼ਿੰਦਗੀ ਵਿੱਚ ਤਬਦੀਲੀ ਆ ਜਾਣੀ ਭਇਆ ਮਨੂਰ ਕੰਚਨ ਫਿਰ ਹੋਵੇ ਮਨੂਰ ਲੋਹਾ ਵੀ ਸੜਿਆ ਹੋਇਆ ਲੋਹਾ ਵੀ ਕੰਚਨ ਬਣ ਸਕਦਾ ਪਰ ਕਦੋਂ ਜੇ ਗੁਰ ਮਿਲਿਆ ਤਨੇਹਾ ਜੇ ਕਤੇ ਕਾਬਲ ਗੁਰੂ ਮਿਲ ਜਾਏ ਗੁਰੂ ਮਿਲ ਜਾਏ ਜ਼ਿੰਦਗੀ ਚ ਆ ਜਾਏ ਤੇ ਉਹ ਮਨੂਰ ਲੋਹੇ ਨੂੰ ਸੜੇ ਹੋਏ ਲੋਹੇ ਨੂੰ ਵੀ ਸੋਨਾ ਬਣਾਉਣ ਦੀ ਤਾਕਤ ਰੱਖਦਾ ਹੈ ਏਕ ਨਾਮ ਅਮਰਤੋ ਦੇਵੈ ਗੁਰੂ ਕੋਲੋਂ ਇੱਕ ਨਾਮ ਅਮਰਤ ਮਿਲਦਾ ਹੈ ਪਵ ਆਤਮਿਕ ਜੀਵਨ ਨੂੰ ਉੱਚਾ ਚੁੱਕਣ ਵਾਲੀ ਜੋ ਸਿੱਖਿਆ ਗੁਰੂ ਕੋਲੋਂ ਮਿਲਦੀ ਏਕ ਨਾਮ ਅਮਰਤੋ ਦੇਵੈ ਤੋ ਨਾਨਕ ਤ੍ਰਿਸ਼ਟਸ ਦੇਹਾਦਾਰ ਹੈ ਬੰਦੇ ਦੇ ਜਿਹੜੇ ਕਰਮ ਇੰਦਰੇ ਗਿਆਨ ਇੰਦਰੇ ਬੰਦਾ ਫਿਰ ਪੁੱਠਿਆਂ ਕਮਾਂ ਵਾਲੇ ਬੰਨੇ ਆਪਣੇ ਆਪ ਨੂੰ ਮੋੜ ਕੇ ਸਹੀ ਮਾਰਗ ਦਾ ਪਾਂਧੀ ਬਣਾ ਲੈਂਦਾ ਹੈ ਜਦੋਂ ਉਹਦੀ ਜ਼ਿੰਦਗੀ 'ਚ ਗੁਰੂ ਆ ਜਾਏ ਫਿਰ ਗੁਰ ਗੁਰ ਪੂਰੇ ਮੇਰੀ ਰਾਖ ਲਈ ਅਮਰਤ ਨਾਮ ਰਿਧੈ ਮੈਦੀਨੋ ਜਨਮ ਜਨਮ ਕੀ ਮੈਲ ਗਈ ਨਿਵਰੇ ਦੂਤ ਦੁਸ਼ਟ ਬਹਿਰਾਈ ਕਦੋਂ ਗੁਰਪੂਰੇ ਕਾ ਜਪਿਆ ਜਾਪ ਕਹਾ ਕਰੇ ਕੋਈ ਵਿਚਾਰਾ ਪ੍ਰ ਮੇਰੇ ਕਾ ਵੱਡ ਪ੍ਰਤਾਪ ਜ਼ਿੰਦਗੀ ਵਿੱਚ ਕੋਈ ਵੀ ਇਨਸਾਨ ਜਦੋਂ ਗਲਤ ਰਸਤੇ ਪੈਂਦਾ ਹੈ ਕਦੀ ਨਿਰਾਸ਼ਾ ਨਾ ਹੋ ਪਤਾ ਨਹੀਂ ਕਿੱਥੇ ਕਿਹੜੇ ਵੇਲੇ ਕਿੱਥੇ ਕੋਈ ਸਮਾਂ ਆਉਣਾ ਤੇ ਮਨੁੱਖ ਨੇ ਆਪਣੀ ਜ਼ਿੰਦਗੀ ਨੂੰ ਸੁਧਾਰ ਲੈਣਾ ਇਤਿਹਾਸ ਵਿੱਚ ਸੈਂਕੜੇ ਇਦਾਂ ਦੀਆਂ ਘਟਨਾਵਾਂ ਨੇ ਜਿਹੜਾ ਨੇ ਆਪਣੀ ਜ਼ਿੰਦਗੀ ਨੂੰ ਗੁਰੂ ਦੇ ਲੇਖੇ ਲਾ ਕੇ ਜ਼ਿੰਦਗੀ ਵਿੱਚ ਤਬਦੀਲੀ ਆਈ ਪਾਈ ਪ੍ਰੇਮੇ ਨਾਂ ਦਾ ਇੱਕ ਸਿੱਖ ਦਾ ਜ਼ਿਕਰ ਆਉਂਦਾ ਹੈ ਗੁਰੂ ਅਮਰਦਾਸ ਮਹਾਰਾਜ ਜੀ ਦੇ ਵਕਤ ਜਿਹਨੂੰ ਪਰਿਵਾਰ ਸਮਾਜ جواب ਦੇ ਚੁੱਕਾ ਸੀ ਪਰ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਆਪਣੇ ਵੈਦਾਰਾ ਹੀ ਉਹਦਾ ਇਲਾਜ ਵੀ ਕਰਾਇਆ ਤੇ ਸ਼ਬਦ ਨਾਲ ਉਹਦੇ ਅੰਦਰ ਨੂੰ ਤਕੜਾ ਕੀਤਾ ਤੇ ਜਦੋਂ 22 ਪੀੜੇ 52 ਦੀ ਗੱਲ ਅਸੀਂ ਆਪਾਂ ਇਤਿਹਾਸ ਵਿੱਚੋਂ ਪੜਦੇ ਆਂ ਚਵਾਰਾ ਸਾਹਿਬ ਤੁਸੀਂ ਗੁਰਦੁਾਰੇ ਜਾ ਕੇ ਵੇਖ ਲਓ ਅੱਜ ਵੀ ਉਹ ਮੱਥੋ ਮਰਾਰੀ ਦੇ ਨਾਂ ਬਾਅਦ ਵਿੱਚ ਉਹਦਾ ਵਿਆਹ ਕੀਤਾ ਗਿਆ ਮਰਾਰੀ ਉਹਦਾ ਨਾਮ ਰੱਖਿਆ ਗਿਆ ਪ੍ਰਚਾਰਕ ਥਾਪਿਆ ਗਿਆ ਤੁਸੀਂ 52 ਪੀੜੇ ਜਦੋਂ ਗੁਰੂ ਸਾਹਿਬ ਜੀ ਨੇ ਗੁਰੂ ਅਮਰਦਾਸ ਮਹਾਰਾਜੀ ਨੇ ਥਾਪੇ ਸੀ ਮਥੋ ਦੀ ਪਤਨੀ ਦਾ ਨਾਮ ਸੀ ਇਤਿਹਾਸ ਵਿੱਚ ਇਦਾਂ ਦੀਆਂ ਤੁਹਾਨੂੰ ਸੈਂਕੜੇ ਮਿਸਾਲਾਂ ਮਿਲ ਜਾਣੀਆਂ ਜਿੱਥੇ ਸਮਾਜ ਵਿੱਚ ਲੱਗਦਾ ਸੀ ਵੀ ਇਹ ਤੇ ਨਕਾਰਾ ਹੋ ਚੁੱਕਾ ਹੈ ਤੇ ਬੇਕਾਰ ਹੋ ਚੁੱਕਾ ਵਾ ਪਰ ਗੁਰੂ ਕੋਲ ਕਲਾ ਪਿਆਰਿਓ ਗੁਰੂ ਦੇ ਸ਼ਬਦ ਨਾਲ ਜੁੜ ਕੇ ਇਥੇ ਮਨੂਰ ਲੋਹੇ ਵੀ ਲੋਕਾਂ ਨੇ ਸੋਨੇ ਬਣਦੇ ਵੇਖਿਆ ਤੋ ਇਸ ਕਰਕੇ ਕਦੀ ਵੀ ਆਪਣੇ ਆਪ ਨੂੰ ਨਿਰਾਸ਼ਾਵਾਦੀ ਢੈਂਦੀ ਕਲਾ 'ਚ ਲੈ ਕੇ ਨਹੀਂ ਜਾਣਾ ਹਮੇਸ਼ਾ ਹੀ ਚੜ੍ਹਦੀ ਕਲਾ 'ਚ ਰੱਖਣਾ ਜ਼ਿੰਦਗੀ 'ਚ ਜੇ ਉਤਰਾ ਚੜ੍ਹਾ ਜਿਹੜੀ ਜ਼ਿੰਦਗੀ ਦੇ ਆਉਂਦੇ ਨੇ ਇਹ ਜ਼ਿੰਦਗੀ ਦਾ ਇੱਕ ਅੰਗ ਨੇ ਜੇ ਤੁਹਾਡੀ ਜ਼ਿੰਦਗੀ 'ਚ ਕੋਈ ਦੁੱਖ ਵਾਲਾ ਸਮਾਂ ਵੀ ਆਇਆ ਹੈ ਨਾ ਉਹਨੂੰ ਇੰਜ ਸਮਝੋ ਵੀ ਇਹ ਸਿੱਖਿਆ ਦੇਣ ਲਈ ਆਇਆ ਮੇਰੇ ਵਾਸਤੇ ਇਹ ਮੈਨੂੰ ਸਮਝਾਉਣ ਲਈ ਆਇਆ ਹੋ ਸਕਦਾ ਮੇਰਾ ਇਮਤਿਹਾਨ ਇਗਜ਼ਾਮ ਹੈ ਮੇਰਾ ਪੇਪਰ ਵਾ ਕਈ ਵਾਰੀ ਅਸੀਂ ਮਾੜੀ-ਮੋਟੀ ਘਟਨਾ ਤੇ ਕਈ ਵਾਰੀ ਡੋਲ ਜਾਂਦੇ ਆ ਪਰ ਜਿਨ੍ਹਾਂ ਦਾ ਅਸੀਂ ਅਰਦਾਸ ਵਿੱਚ ਨਾ ਲੈਨੇ ਨਾ ਇਹਨਾਂ ਤੋਂ ਵੱਧ ਮੁਸੀਬਤਾਂ ਤੇ ਸਾਡੀ ਜ਼ਿੰਦਗੀ 'ਚ ਨਹੀਂ ਨਾ ਹੋਣੀਆਂ ਜਿੱਥੇ ਮੈਂ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜੀਵਨ ਪੜ੍ਹਦਾ ਐ ਤੇ ਇੱਕ ਵਾਰੀ ਹਰਾਨ ਹੋ ਜਾਂਦਾ ਬੰਦਾ ਵੀ 1704 ਤੋਂ ਲੈ ਕੇ 1708 ਸੱਕਦਾ ਜਿਹੜਾ 4 ਸਾਲ ਦਾ ਸਮਾਪਤ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ ਦਾ ਕਿਸੇ ਦੇ ਘਰ ਇੱਕ ਮੌਤ ਹੋਵੇ ਨਾ ਸਾਲ 'ਚ ਤੇ ਆਪਾਂ ਕਹਿੰਦੇ ਵੀ ਹੁਣ ਨਹੀਂ ਕਾਰੋਬਾਰ ਕਰਨ ਜੀ ਕਰਦਾ 6 ਪੋ ਉਹਦੀ ਆਖਰੀ ਰਾਤ ਆਨੰਦਪੁਰ ਸਾਹਿਬ ਕੱਟੀ ਹੋਵੇ 6 6 ਪੋ ਤੇ 7 ਪੋ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ 6 ਤੇ 7 ਪੋ ਦੀ ਰਾਤ 6 ਪੋ ਦੀ ਰਾਤ ਤੇ 7 ਪੋ ਦੀ ਰਾਤ ਜਦੋਂ ਜਿਹੜਾ ਦਿਨ ਸ਼ੁਰੂ ਹੋਣਾ ਸੀ ਜਦੋਂ ਆਨੰਦਪੁਰ ਸਾਹਿਬ ਮਹਾਰਾਜ ਛੱਡਦੇ ਆ ਤੇ 13 ਪੋ ਤੱਕ ਤੇ ਪਰਿਵਾਰ ਦੇ ਪੰਜ ਜੀ ਜਿਨ੍ਹਾਂ 'ਚ ਦੋ ਸਹਬਜ਼ਾਦੇ ਛੋਟੇ ਵੱਡੇ ਸਹਬਜ਼ਾਦੇ ਮਾਤਾ ਗੁਜਰ ਕੌਰ ਜੀ ਪੰਜ ਘਰ ਦੇ ਜੀ ਗਏ ਹੋਣ ਤੇ ਫਿਰ ਵੀ ਪਾਸ਼ਾ ਚੜਦੀ ਕਲਾ ਵਿੱਚ ਹੋਣ ਇਹ ਇਦਾਂ ਦੀ ਮਿਸਾਲ ਸਾਨੂੰ ਦੁਨੀਆ ਦੇ ਕਿਸੇ ਇਤਿਹਾਸ ਵਿੱਚੋਂ ਮਿਲਣੀ ਹੈ ਆਪਾਂ ਕਈ ਵਾਰੀ ਮਾੜੀ ਮਾੜੀ ਗੱਲ ਤੇ ਘਬਰਾ ਜਾਂਦੇ ਆ ਡੋਲਣਾ ਨਹੀਂ ਘਬਰਾਉਣਾ ਨਹੀਂ ਤੂੰ ਮੇਰੋ ਮੇਰ ਪਰਬਤ ਸੁਆਮੀ ਓਟ ਗਹੀ ਮੈਂ ਤੇਰੀ ਨਾ ਤੂੰ ਡੋਲੋ ਨਾ ਹਮ ਗਿਰਤੇ ਰੱਖ ਲਈਨੀ ਹਰ ਮੇਰੀ ਅਬ ਤਬ ਜਬ ਕਬ ਤੂੰ ਹੀ ਤੂੰ ਹੀ ਹਮ ਤੋ ਪ੍ਰਸਾਦ ਸੁਖੀ ਸਦੀ ਤੋ ਗੁਰੂ ਬਖਸ਼ਿਸ਼ ਕਰੇ ਆਪਣੀ ਜ਼ਿੰਦਗੀ 'ਚ ਹਮੇਸ਼ਾ ਉਸ ਮਾਲਕ ਦਾ ਸ਼ੁਕਰਾਨਾ ਕਰਨਾ ਹੈ ਤੇ ਅਰਦਾਸ ਕਰਨੀ ਹੈ ਕਿ ਸਾਡਾ ਮਨ ਔਗਣਾ ਦੀ ਸੰਗਤ ਛੱਡ ਕੇ ਤੇ ਗੁਨਾ ਦੀ ਸੰਗਤ ਵਿੱਚ ਆ ਜਾਏ ਤੇ ਫਿਰ ਅਸੀਂ ਵੀ ਮਨੂਰ ਲੋਹੇ ਤੋਂ ਸੋਨੇ ਬਣ ਸਕਦੇ ਹਾਂ ਸਾਧ ਸੰਗਤ ਜੀ ਗੁਰੂ ਬਖਸ਼ਿਸ਼ ਕਰੇ ਆਪ ਜੀ ਰੋਜ਼ਾਨਾ ਹੀ ਸਿੱਖ ਕੌਮ ਦੇ ਮਹਾਨ ਵਿਦਵਾਨ ਭਾਈ ਹਰਜਿੰਦਰ ਸਿੰਘ ਜੀ ਸਵੇਰਾਂ ਤਿੰਨਾਂ ਪਾਸੋਂ ਸ਼ਬਦ ਦੀ ਵਿਚਾਰ ਰੋਜ਼ਾਨਾ ਹੀ ਉਹ ਇੱਥੇ ਇਸ ਅਸਥਾਨ ਤੇ ਕਰਦੇ ਨੇ ਪਰਦਾਸ ਨੂੰ ਜਿਹੜੀ ਸੇਵਾ ਮਿਲੀ ਹੈ ਅੱਜ ਤੋਂ ਲੈ ਕੇ 19 ਤਰੀਕ ਤੱਕ ਸ਼ਾਮ ਦੇ ਦੀਵਾਨ ਸੱਜਿਆ ਕਰਨੇ ਜਿਹਦੇ ਵਿੱਚ ਆਪਾਂ ਰਲ ਮਿਲ ਕੇ ਗੁਰੂ ਸ਼ਬਦ ਦੀਆਂ ਵਿਚਾਰਾਂ ਦੀ ਸਾਂਝ ਪਾਵਾਂਗੇ ਇੱਥੋਂ ਦੀ ਸਮੁੱਚੀ ਪ੍ਰਬੰਧਕ ਕਮੇਟੀ ਇੱਥੋਂ ਦੇ ਹੈੱਡ ਗ੍ਰੰਥੀ ਸਹਿਬਾਨ ਰਾਗੀ ਸਹਿਬਾਨ ਜਿੰਨੇ ਵੀ ਸੇਵਾਦਾਰ ਭੈਣ ਭਰਾ ਤੁਸੀਂ ਦੂਰਾਂ ਨੇੜਿਆਂ ਤੋਂ ਚੱਲ ਕੇ ਆਏ ਹੋ ਮਾਲਕ ਸਭ ਨੂੰ ਚੜ੍ਹਦੀ ਕਲਾ ਤੰਦਰੁਸਤੀ ਦੇ ਆਰੋਗਤਾ ਬਖਸ਼ਿਸ਼ ਕਰੇ ਰਹਿੰਦੀਆਂ ਵਿਚਾਰਾਂ ਆਉਣ ਵਾਲੇ ਦੀਵਾਨਾਂ ਵਿੱਚ ਆਪਾਂ ਇਸੇ ਤਰ੍ਹਾਂ ਸਾਂਝੀਆਂ ਕਰਾਂਗੇ ਠੀਕ 7 ਵਜੇ ਵਿਚਾਰਾਂ ਆਪਾਂ ਆਰੰਭ ਕਰਿਆ ਕਰਾਂਗੇ ਆਪ ਜੀ ਨੇ ਪਹਿਲਾਂ ਆਉਣ ਦੀ ਕੋਸ਼ਿਸ਼ ਕਰਨੀ ਤਾਂ ਕਿ ਜਿਵੇਂ ਭਾਈ ਸਾਹਿਬ ਹੁਣੀ ਪਹਿਲਾਂ ਵੀ ਸਾਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾਉਂਦੇ ਆ ਤਾਂ ਕਿ ਗੁਰੂ ਦੀਆਂ ਵਿਚਾਰਾਂ ਰਲ ਮਿਲ ਕੇ ਆਪਾਂ ਸਾਂਝੀਆਂ ਕਰ ਸਕੀਏ ਸ਼ਿਹਰਾ ਭਾਈ ਜੀ ਹੁਣਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਲਗਾਤਾਰ ਜਿਹੜੇ ਵੀ ਸਮਾਗਮ ਹੋ ਰਹੇ ਨੇ ਉਹਨਾਂ ਦਾ ਲਾਈਵ ਟੈਲੀਕਾਸਟ ਕਰ ਰਹੇ ਨੇ ਰਿਕਾਰਡਿੰਗ ਕਰ ਰਹੇ ਨੇ ਤਾਂ ਕਿ ਘਰਾਂ 'ਚ ਬੈਠੀ ਸੰਗਤ ਵੀ ਇਨਾ ਸਮਾਗਮ ਦਾ ਆਨੰਦ ਪ੍ਰਾਪਤ ਕਰ ਸਕੇ ਜਿੰਨੇ ਵੀ ਤੁਸੀਂ ਪੈਣਪਰਾ ਸੇਵਾਦਾਰ ਬਜ਼ੁਰਗ ਗੁਰੂ ਦੀ ਗੋਦ ਵਿੱਚ ਜੁੜ ਕੇ ਬੈਠੇ ਹੋ ਜਾਂ ਘਰਾਂ 'ਚ ਬੈਠੇ ਸਰਵਣ ਕਰ ਰਹੇ ਹੋ ਪੁੱਲਾਂ ਚੁੱਕਾਂ ਦੀ ਖਿਮਾ ਗੁਰੂ ਦੇ ਸ਼ਬਦਾਂ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਈਏ ਖੰਡੇ ਦੀ ਪੌਲ ਲੈ ਕੇ ਗੁਰੂ ਦੇ ਪੁੱਤਰ ਤੇ ਧੀਆ ਬਣ ਕੇ ਆਪਣਾ ਜੀਵਨ ਬਤੀਤ ਕਰੀਏ ਪੁੱਲਾਂ ਚੁੱਕਾਂ ਦੀ ਖਿਮਾ ਗੱਜ ਕੇ ਫਤੇ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇ